ਮੈਂ ਖੁਦ ਵੀ ਇਹ ਫੀਲ ਕਰਦਾ ਵੀ ਜੇ ਪੋਜ਼ਿਟਿਵਿਟੀ ਤੁਸੀਂ ਦੇਖਣੀ ਆ ਜਾਂ ਹਾਂ ਪੱਖੀ ਹੁੰਗਾਰਾ ਪੰਜਾਬ ਦੇ ਵਿੱਚ ਕਿਤੇ ਵੀ ਦੇਖਣਾ ਗਾ ਤਾਂ ਜਦੋਂ ਤੁਸੀਂ ਪਿੰਕੇ ਨੂੰ ਮਿਲੋਗੇ ਤਾਂ ਹਾਂ ਪੱਖੀ ਹੁੰਗਾਰਾ ਆਊਗਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਬਾਈ ਰਿਜ਼ਲਟ ਆਉਣੇ ਸ਼ੁਰੂ ਹੋ ਗਏ, ਜਿਹੜੀ ਚੀਜ਼ ਲਈ ਆਪਾਂ ਤੁਰੇ ਸੀ, ਸਾਰਾ ਪੰਜਾਬ ਆਪਣੇ ਨਾਲ ਆ। ਇਹ ਮਾਹੌਲ ਆਪਾਂ ਬਾਬੇ ਦੀ ਮਿਹਰ ਨਾਲ ਬਹੁਤ ਜਲਦੀ ਬਦਲ ਦੇਣਾ। ਜਿਵੇਂ ਤੁਸੀਂ ਗੁਰਬਾਣੀ ਲਈ ਵੀ ਪ੍ਰੇਰਿਤ ਕਰ ਰਹੇ ਹੋ ਬੱਚਿਆਂ ਨੂੰ, ਖਾਸ ਕਰਕੇ ਬੱਚੇ ਜਿਹੜੇ ਆਪਾਂ ਕਹਿ ਦਈਏ ਵੀ ਕੇਸ ਰੱਖ ਰਹੇ ਨੇ, ਇਹ ਵੀ ਇੱਕ ਬਹੁਤ ਪੋਜ਼ਿਟਿਵ એનર્ਜੀ ਦੇ ਰਿਹਾ ਹੈਗਾ ਪੰਜਾਬ ਨੂੰ। ਹਰ ਇੱਕ ਚੀਜ਼ ਸਿੱਖਣ ਤੋਂ ਪਹਿਲਾਂ, ਹਰ ਇੱਕ ਪੜ੍ਹਾਈ ਸਿੱਖਣ ਤੋਂ ਪਹਿਲਾਂ ਬੱਚਿਆਂ ਨੂੰ ਜੋ ਗੁਰਬਾਣੀ ਦੇ ਵਿੱਚ ਲਿਖਿਆ ਬਾਈ ਉਹ ਸਿੱਖਣਾ ਚਾਹੀਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਲਿਖਿਆ ਦੁੱਖ ਦਾਰੂ ਸੁੱਖ ਰੋਗ ਭਇਆ, ਹਨਾ, ਜਾਂ ਸੁੱਖ ਤਾਮ ਨਾ ਹੋਈ। ਜਦੋਂ ਸੁੱਖ ਰੋਗ ਬਣ ਜਾਂਦੇ ਨੇ ਪਰਮਾਤਮਾ ਤੁਹਾਨੂੰ, ਗੁਰੂ ਨਾਨਕ ਦੇਵ ਜੀ ਕਹਿੰਦੇ ਦੁੱਖ ਦਿੰਦਾ, ਫਿਰ ਤੁਸੀਂ ਗੇਨ ਹੁੰਦੇ ਹੋ, ਫਿਰ ਤੁਸੀਂ ਤਕੜੇ ਹੁੰਦੇ ਹੋ। ਜੇ ਬੂਟਾ ਉੱਥੇ ਲਾਇਆ ਤਾਂ ਧਿਆਨ ਰੱਖਣਾ ਪੈਂਦਾ ਵੀ ਇਹਦਾ ਪਾਣੀ ਕਿੰਨਾ, ਇਹਨੂੰ ਪਾਣੀ ਹੈ, ਕਿਹੜੀ ਚੀਜ਼ ਇਹ ਨਾਲ ਹੋ ਰਹੀ ਆ। ਉਵੇਂ ਮਾਂ ਪਿਓ ਨੇ ਸਾਨੂੰ ਪਾਲਿਆ, ਟਾਈਮ ਟਾਈਮ 'ਤੇ ਮਾੜੀਆਂ ਚੀਜ਼ਾਂ ਤੋਂ ਰੋਕਿਆ, ਸਾਨੂੰ ਚੰਗੀ ਬਾਈ ਸਮਝ ਮਿਲਦੀ ਰਹੀ ਆ, ਉਹਦਾ ਰਿਜ਼ਲਟ ਅੱਜ ਤੁਹਾਡੇ ਮੂਹਰੇ ਖੜਿਆ ਅਤੇ ਸਾਰੇ ਜਵਾਕਾਂ ਦੇ ਨਾਲ ਅਸੀਂ ਆਪਣੀ ਸੋਚ ਲੈ ਕੇ ਖੜੇ ਹਾਂ। ਇਹਨਾਂ ਵੱਲ ਅਸੀਂ ਕਿਸੇ ਨੂੰ ਮਾੜੀ ਨਿਗਾਹ ਨਾਲ ਬਾਈ ਦੇਖਣ ਨਹੀਂ ਦਿੰਦੇ। ਹੁਣ ਕੋਈ ਵੀ ਮੁੰਡਾ ਵਰਕਆਊਟ ਦੀ ਵੀਡੀਓ ਪਾਉਂਦਾ ਤਾਂ ਉਹ ਦੇਖੀ ਜਾਂਦੀ ਆ, ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ, ਮੁੰਡਿਆਂ ਦਾ ਹੌਸਲਾ ਵੱਧਦਾ। ਜਦੋਂ ਕਿਸੇ ਬੰਦਾ ਹੌਸਲਾ ਵਧਣ ਲੱਗ ਜਾਂਦਾ ਬਾਈ, ਫਿਰ ਬੰਦਾ ਮੱਲ ਮਾਰਦਾ ਹੀ ਹੈ। ਘਰੋਂ ਕੱਢ ਕੇ ਹੁਣ ਇਹਨੂੰ ਇੱਥੇ ਲੈ, ਇਹਨਾਂ ਨੂੰ ਅਸੀਂ ਬਾਡੀ ਫਿੱਟ ਕਰ ਸਕਦੇ ਹਾਂ, ਇਹਨਾਂ ਨੂੰ ਮੈਂਟਲੀ ਪ੍ਰਿਪੇਅਰ ਕਰ ਸਕਦੇ ਹਾਂ, ਪਰ ਇਹਨਾਂ ਨੂੰ ਅਸੀਂ ਕੋਈ ਗੇਮ ਨਹੀਂ ਸਿਖਾ ਸਕਦੇ। ਹੁਣ ਮੈਂ ਸਾਰੇ ਗੇਮਾਂ ਦੇ ਕੋਚ ਸਾਹਿਬਾਨਾਂ ਨੂੰ ਜਾਂ ਜਿਹੜੀਆਂ ਗੇਮਾਂ ਦੀਆਂ ਕਹਿ ਲਓ ਵੀ ਔਰਗਨਾਈਜੇਸ਼ਨ ਬਣੀਆਂ ਹੋਈਆਂ ਨੇ, ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਸਾਡਾ ਫਰਜ਼ ਇੱਥੇ ਤੱਕ ਆ, ਅੱਗੇ ਤੁਸੀਂ ਸਾਹਮਣੇ ਆ। ਮੈਂ ਚਾਹੁੰਦਾ ਜਵਾਕਾਂ ਨੂੰ ਕਿ ਹਾਂ ਬਹੁਤ ਨੁਕਸਾਨ ਕਰਾਇਆ ਮੈਂ, ਤੇ ਕਈ ਵਾਰੀ ਮੈਂ ਸੋਚਦਾ ਹੁੰਦਾ ਵੀ ਮੈਂ ਕਿੱਧਰ ਨੂੰ ਜਾ ਰਿਹਾ, ਹਨਾ, ਵੀ ਮੇਰੀ ਫਾਈਨੈਂਸ਼ੀਅਲੀ ਹਾਲਤ ਕੀ ਹੋ ਸਕਦੀ ਅੱਗੇ ਜਾ ਕੇ। ਪਰ ਨਹੀਂ, ਮੈਂ ਕਹਿੰਦਾ ਵੀ ਮੇਰਾ ਕੋਈ ਚੱਕਰ ਨਹੀਂ, ਸਾਡੇ ਵਰਗੇ ਬੜੇ ਆਏ, ਬੜੇ ਗਏ ਤੇ ਬੜਿਆਂ ਨੇ ਹੋਰ ਆਈ ਜਾਣਾ, ਪਰ ਮੇਨ ਮੁੱਖ ਦੀ ਗੱਲ ਇਹ ਵੀ ਰਿਜ਼ਲਟ ਆਉਣੇ ਚਾਹੀਦੇ ਆ। ਇਹ ਨਾ ਹੋਵੇ ਤੁਸੀਂ ਕਮੈਂਟਾਂ 'ਚ ਫੋਕੀ ਬੱਲੇ ਬੱਲੇ ਕਰੀ ਜਾਊ ਬਾਈ ਨਾਲ ਆ ਤੇਰੇ ਤੁਰੇ ਹੋਏ ਆ, ਨਹੀਂ, ਜੇ ਤੁਸੀਂ ਹੈਗੇ ਹੋ ਤਾਂ ਇੱਕ ਵਾਰੀ ਕੰਮ ਕਰਕੇ ਦਿਖਾ ਦਿਓ ਵੀ ਸਾਨੂੰ ਸਕੂਨ ਆ ਜਾਵੇ। ਜੇ ਸਰੀਰ ਬਣਾਉਣਾ ਤਾਂ ਤੁਹਾਨੂੰ ਸਭ ਤੋਂ ਵਧੀਆ ਟੀਕਾ ਦੱਸਦਾ, ਉਹ ਟੀਕਾ ਹੈਗਾ ਸਬਰ ਦਾ। ਦਿਮਾਗ 'ਚ ਸਬਰ ਦਾ ਟੀਕਾ ਲਾਇਓ, ਤੁਸੀਂ ਤਕੜੇ ਹੋ ਜਾਓਗੇ। ਕੋਈ ਭਰਾ ਖੜਾ ਹੋਵੇ, ਕੋਈ ਤੁਹਾਡੇ ਵੱਲ ਉਂਗਲ ਚੱਕ ਕੇ ਗੱਲ ਨਾ ਕਰੇ ਵੀ ਯਾਰ ਦੇਖ ਇਹਦਾ ਸਮਾਨ ਕਰੋ, ਮੈਂ ਕਹਿੰਦਾ ਵੀ ਤੁਹਾਡੇ ਵੱਲ ਉਂਗਲ ਕਰੇ ਬੰਦਾ ਤਾਂ ਆਪਣੇ ਜਵਾਕਾਂ ਨੂੰ, ਆਪਣੇ ਭਰਾਵਾਂ ਨੂੰ, ਸਾਰਿਆਂ ਨੂੰ ਕਹੇ ਦੇਖ ਯਾਰ ਮੁੰਡੇ ਦੀ 20 ਸਾਲ ਦੀ ਮਿਹਨਤ ਖੜੀ। ਅੱਜ ਦੀ ਘੜੀ ਹਾਲਾਤ ਇਹੋ ਜਿਹੇ ਆ ਗਏ, ਸਾਡੇ ਵਰਗਾ ਮੁੰਡਾ ਖੜਾ ਹੁੰਦਾ, ਅਗਲਾ ਕਹਿੰਦਾ ਯਾਰ ਦੇਵ ਸਰੀਰ ਬਣਾ ਨਮਰਦ ਹੋਊਗਾ, ਸਮਝ ਗਏ, ਨਮਰਦ ਨਾਲ ਨਾ ਜੋੜੋ ਵੀ ਫਿੱਟ ਬਾਡੀ ਬਹੁਤ ਆ, ਖੜਿਆ ਮੈਂ ਤੁਹਾਡੇ ਮੂਹਰੇ ਤੇ ਪਰਮਾਤਮਾ ਦੀ ਬਹੁਤ ਕਿਰਪਾ, 16 ਸਾਲ ਲੱਗੇ ਨੇ ਇੰਨਾ ਸਰੀਰ ਬਣਾਉਣ ਨੂੰ, 16 ਸਾਲ ਵੀ ਇਹ ਨਹੀਂ ਲੱਗੇ, 16 ਸਾਲ ਇਹ ਆ ਵੀ ਜਿਵੇਂ ਨਾ ਪੱਥਰ ਦੇ ਤੁਪਕਾ ਗਿਰਦਾ ਰਹੋ, ਕਹਿੰਦੇ ਤੁਪਕਾ ਗਿਰੀ ਉਹ ਪੱਥਰ ਖਾਰ ਦਿੰਦਾ, ਉਵੇਂ ਤੁਪਕਾ ਗਿਰਿਆ ਹੋਇਆ ਬਈ, ਇੱਕੇ ਲਹਿ 'ਚ ਜ਼ਿੰਦਗੀ ਚੱਲਦੀ ਆਉਂਦੀ ਆ, ਇਹਦੇ ਲਈ ਉਹ ਸਵੇਰੇ ਸਰੀਰ ਲਈ ਉੱਠਦੇ ਆ, ਇਹਦੇ ਲਈ ਉਹ ਸੌਂ ਜਾਂਦੇ ਆ। ਆਪਾਂ ਕਹਿੰਦੇ ਘਰ 'ਚ ਨੀਂਹ ਵਧੀਆ ਬਣਾ ਦੀ ਹੈ, ਬੇਸ ਵਧੀਆ ਬਣਾ ਦੀ, ਹੁਣ ਇਹਨਾਂ ਬੇਸ ਵਧੀਆ ਬਣ ਗਿਆ ਤਾਂ ਲਾਸਟ ਤੱਕ ਇਹ ਆਪਦੇ ਸਰੀਰ ਪਰ ਨਹੀਂ ਧਿਆਨ ਰੱਖਣਗੇ, ਆਪਦੇ ਸਰੀਰ ਨਾਲ ਜੁੜੇ ਰਹਿਣੇ। ਸਤਿ ਸ਼੍ਰੀ ਅਕਾਲ ਜੀ, ਕੁਝ ਵੱਖਰਾ ਸੁਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦਿਆਂ ਅੱਜ ਬੇਹਦ ਹੀ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੱਜ ਇਸ ਬੋਰਡ ਕੋਲ ਅਸੀਂ ਖੜ੍ਹੇ ਹਾਂ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਯਾਦ ਦੇ ਵਿੱਚ ਬੋਰਡ ਲਾਇਆ ਅਤੇ ਇਹ ਬੋਰਡ ਲਾਇਆ ਪਿੰਕੇ ਜਰਗ ਨੇ, ਜਿਹੜਾ ਸਾਰੇ ਪੰਜਾਬ ਨੂੰ ਇੱਕ ਹਾਂ ਪੱਖੀ ਹੁੰਗਾਰਾ ਦੇ ਰਿਹਾ ਹੈਗਾ ਅਤੇ ਇੱਕ ਪੋਜ਼ਿਟਿਵਿਟੀ ਦੇ ਰਿਹਾ ਹੈਗਾ। ਪਿੰਕੇ ਬਾਈ ਦੇ ਨਾਲ ਅੱਜ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੇ ਜਿਹੜੇ ਬੱਚੇ ਨੇ, ਨੌਜਵਾਨ ਨੇ, ਖਾਸ ਕਰਕੇ ਇੱਥੇ ਮੈਂ ਵਿਸ਼ੇਸ਼ ਤੌਰ 'ਤੇ ਗੱਲ ਕਰਨੀ ਚਾਹੂੰਗਾ ਜਿਹੜੇ ਸਾਬਕਾ ਫੌਜੀ ਵੀਰ ਨੇ ਸਾਡੇ, ਉਹ ਵੀ ਇੱਕ ਵੱਡਾ ਅਸੀਂ ਕਹਿ ਦਈਏ ਵੀ ਰੋਲ ਅਦਾ ਕਰ ਰਹੇ ਨੇ ਸਿਹਤ ਬਣਾਉਣ ਦੇ ਵਿੱਚ। ਅਤੇ ਜਿਹੜੀ ਇੱਕ ਗੱਲ ਹੋਰ ਸਾਨੂੰ ਬਹੁਤ ਵਧੀਆ ਲੱਗੀ, ਬਹੁਤ ਸਾਰੇ ਬੱਚੇ ਜਿਹੜੇ ਕੇਸ ਰੱਖ ਰਹੇ ਨੇ, ਗੁਰਸਿੱਖੀ ਜੀਵਨ ਅਪਣਾ ਰਹੇ ਨੇ,
ਗੁਰਬਾਣੀ ਦੇ ਨਾਲ ਜੁੜ ਰਹੇ ਨੇ ਅਤੇ ਇਸ ਸਭ ਦੀ ਜੇ ਅਸੀਂ ਗੱਲ ਕਰਦੇ ਹਾਂ ਜਾਂ ਇਸ ਗੱਲ ਦਾ ਜਿਹੜਾ ਸ਼੍ਰੇਅ ਆ ਇਹ ਪਿੰਕੇ ਜਰਗ ਨੂੰ ਜਾਂਦਾ ਹੈਗਾ। ਪਿੰਕੇ ਜਰਗ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਪੌਡਕਾਸਟ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਪਿੰਕੇ ਦੇ ਨਾਲ ਹੁੰਦਾ ਸੀ ਅਤੇ ਉਦੋਂ ਵੀ ਅਸੀਂ ਇੱਕ ਵਾਅਦਾ ਲਿਆ ਸੀ ਪਿੰਕੇ ਨੂੰ ਵੀ ਅਸੀਂ ਸਮੇਂ ਸਿਰ ਦੇ ਉੱਤੇ ਪਿੰਕੇ ਨੂੰ ਮਿਲਦੇ ਰਹਾਂਗੇ। ਅੱਜ ਪਿੰਕੇ ਦੇ ਖੇਤ ਆਏ ਹਾਂ, ਗਰਾਊਂਡ ਦੇ ਵਿੱਚ ਆਏ ਹਾਂ, ਉਸ ਗਰਾਊਂਡ ਦੇ ਵਿੱਚ ਜਿੱਥੇ ਪੰਜਾਬ ਨੂੰ ਇੱਕ ਪੋਜ਼ਿਟਿਵਿਟੀ ਮਿਲੀ ਅਤੇ ਬਹੁਤ ਨੌਜਵਾਨ ਭੱਜਣ ਲੱਗੇ। ਅਤੇ ਜਿਵੇਂ ਪਿੰਕੇ ਨੇ ਕਿਹਾ ਸੀ ਵੀ ਅਸੀਂ ਸਾਰਾ ਪੰਜਾਬ ਭੱਜਣ ਲਾ ਦਾਂਗੇ ਤਾਂ ਅੱਜ ਸਾਰਾ ਪੰਜਾਬ ਗਰਾਊਂਡਾਂ ਦੇ ਵਿੱਚ ਭੱਜ ਰਿਹਾ ਹੈਗਾ। ਪਿੰਕੇ ਬਾਈ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਹੋ ਜੀ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜਾ ਬਾਈ ਪੂਰੇ। ਹਾਂਜੀ, ਮੁਬਾਰਕਬਾਦ ਆ ਜੀ ਤੁਹਾਨੂੰ, ਤੁਹਾਡੇ ਨਾਲ ਹੀ ਆ ਬਾਈ, ਤੁਹਾਨੂੰ ਸਾਰਿਆਂ ਨੂੰ ਤੇ ਸਾਰੇ ਪੰਜਾਬੀਆਂ ਨੂੰ ਮੁਬਾਰਕਬਾਦ ਆ ਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਾਈ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਜਿਹੜੀ ਚੀਜ਼ ਲਈ ਆਪਾਂ ਤੁਰੇ ਸੀ ਜੀ, ਤੇ ਬੜਾ ਬਹੁਤ ਵਧੀਆ ਲੱਗਦਾ। ਤੁਸੀਂ ਵੀ ਇੱਥੇ ਆ ਕੇ ਸਾਰਾ ਮਾਹੌਲ ਦੇਖਿਆ ਜੀ, ਮੁਬਾਰਕਬਾਦ ਆ ਉਹ ਸਾਰੇ ਬੱਚਿਆਂ ਨੂੰ ਜਿਹੜੇ ਆਪਣੇ ਨਾਲ ਤੁਰੇ। ਬਾਕੀ ਉਦੋਂ ਪਹਿਲਾਂ ਸਭ ਤੋਂ ਬੜੀ ਜਿਹੜੀ ਮੁਬਾਰਕਬਾਦ ਆ ਉਹ ਮਾਂ ਪਿਓ ਨੂੰ, ਪੇਰੈਂਟਸ ਨੂੰ ਆ ਜਿਨ੍ਹਾਂ ਨੇ ਆਪਣੇ ਬੱਚੇ ਗਰਾਊਂਡ 'ਚ ਲੈ ਕੇ ਆਉਂਦੇ, ਉਹਨਾਂ ਨੂੰ ਐਕਸਰਸਾਈਜ਼ ਲੈ ਕੇ ਜਾਂਦੇ ਨੇ, ਉਹਨਾਂ ਦੀ ਵੀਡੀਓਜ਼ ਪਾਉਂਦੇ ਨੇ, ਉਹਨਾਂ ਦੀ ਵੀਡੀਓਜ਼ ਦੇਖ ਕੇ ਹੋਰ ਬੱਚੇ ਇੰਸਪਾਇਰ ਹੋ ਕੇ ਲੱਗਦੇ ਨੇ ਬਾਈ। ਉਹਨਾਂ ਨੂੰ ਸਭ ਤੋਂ ਵੱਡੀ ਮੇਰੇ ਵੱਲੋਂ ਮੁਬਾਰਕਬਾਦ ਆ ਉਹ ਮਾਂ ਪਿਓ ਨੂੰ ਸਾਰਿਆਂ ਨੂੰ ਜੀ। ਖਾਸ ਕਰਕੇ ਜਿਵੇਂ ਆਪਾਂ ਬਾਈ ਪੋਡਕਾਸਟ ਦੇ ਵਿੱਚ ਖੁੱਲੀਆਂ ਗੱਲਾਂ ਬਾਤਾਂ ਕਰੀਆਂ ਸੀ, ਉੱਥੇ ਤੁਸੀਂ ਆਪਣੇ ਬਾਰੇ, ਆਪਣੇ ਮਤਲਬ ਫਿਊਚਰ ਪਲਾਨਸ ਬਾਰੇ, ਤੁਸੀਂ ਭਵਿੱਖ ਬਾਰੇ ਬਹੁਤ ਕੁਝ ਦੱਸਤਾ ਸੀਗਾ। ਪਰ ਉਹ ਦਿਨ ਤੋਂ ਲੈ ਕੇ ਜਿਵੇਂ ਆਪਾਂ ਕਹਿ ਦਈਏ ਵੀ 4-5-6 ਮਹੀਨੇ ਹੋ ਗਏ ਉਹ ਗੱਲ ਨੂੰ, ਤੇ ਹੁਣ ਜਦੋਂ ਤੁਸੀਂ ਦੇਖਦੇ ਹੋ ਕਿੰਨਾ ਕੁ ਫਰਕ ਆ ਬਾਈ? ਬਹੁਤ ਜ਼ਿਆਦਾ ਫਰਕ ਆ ਜੀ। ਤੇ ਦੇਖੋ, ਮੈਂ ਆਪਾਂ ਪਹਿਲਾਂ ਵੀ ਰਤਨ ਬਾਈ ਗੱਲ ਕੀਤੀ ਆ ਕਿ ਆਪਾਂ ਸੱਚ ਦੇ ਆਧਾਰ ਤੇ ਚੱਲੇ ਹੋਏ ਆ। ਜਦੋਂ ਕੋਈ ਬੰਦਾ ਸੱਚ ਲੈ ਕੇ ਤੁਰਦਾ ਉਦੋਂ ਰਿਜ਼ਲਟ ਆਉਂਦੇ ਆਉਂਦੇ ਨੇ ਬਾਈ, ਕਿਉਂਕਿ ਮੈਨੂੰ ਉਦੋਂ ਇੰਨੇ ਬੱਚੇ ਆਪਣੇ ਪਿੱਛੇ ਨਹੀਂ ਸੀ, ਉਦੋਂ ਆਪਣੇ ਕੋਲ ਇੰਨੇ ਰਿਜ਼ਲਟ ਨਹੀਂ ਸੀ ਜਦੋਂ ਮੈਂ ਤੁਹਾਡੇ ਨਾਲ ਪੋਡਕਾਸਟ ਕੀਤਾ। ਪਰ ਉਦੋਂ ਜਿਹੜੀ ਮੇਰੇ ਮਾਈਂਡ ਦੇ ਵਿੱਚ ਇੱਕ ਵਿਜ਼ਨ ਸੀਗੀ, ਮੈਨੂੰ ਪਤਾ ਸੀਗਾ ਵੀ ਪਲਾਨ ਸੀ ਮੇਰੇ ਕੋਲ ਇੱਕ ਵੀ ਮੈਂ ਅੱਗੇ ਜਾ ਕੇ ਕੀ ਕਰਨਾ। ਤੁਹਾਡੇ ਕੋਲ ਪਲਾਨ ਹੋਣਾ ਚਾਹੀਦਾ, ਮੇਰੇ ਕੋਲ ਇੱਕ ਪਰਫੈਕਟ ਪਲਾਨ ਸੀ, ਤਾਂ ਹੀ ਮੈਂ ਤੁਹਾਡੇ ਕੋਲ ਇੰਨੇ ਕੋਨਫੀਡੈਂਸ ਨਾਲ ਕਹਿ ਰਹੇ ਸੀਗੇ ਚੀਜ਼ਾਂ ਆਪਾਂ ਬਦਲ ਦੇਣੀਆਂ ਨੇ। ਹੁਣ ਮੇਰੇ ਕੋਲ ਅੱਗੇ ਲਈ ਵੀ ਏਦਾਂ ਇੱਕ ਬਹੁਤ ਵਧੀਆ ਪਲਾਨ ਆ, ਤੇ ਜੇ ਮੇਰਾ ਪਲਾਨ ਇਹ ਕੰਮ ਕਰ ਗਿਆ, ਜਿਹੜੀ ਮੇਰੇ ਵੱਲੋਂ ਤਾਂ ਕੋਈ ਏਦਾਂ ਦਾ ਚਾਂਸ ਹੈ ਨਹੀਂ ਕਿ ਮੈਂ ਪਿੱਛੇ ਹਟੂੰਗਾ। ਆਪਾਂ ਵਾਹਿਗੁਰੂ ਦਾ ਨਾਂ ਲੈ ਕੇ ਤੁਰੇ ਹੋਏ ਆ, ਤੁਹਾਡੇ ਵਰਗੇ ਭਰਾ ਨਾਲ ਨੇ, ਸਾਰਾ ਪੰਜਾਬ ਆਪਣੇ ਨਾਲ ਆ, ਬਾਕੀ ਆਪਾਂ ਤੁਰੇ ਹੋਏ ਤੇ ਹੁਣ ਲੋਕਾਂ ਦੀ ਸਪੋਰਟ ਦੇਖਦੇ ਕਿੱਥੋਂ ਤੱਕ ਆ, ਤੇ ਇਹ ਮਾਹੌਲ ਆਪਾਂ ਬਾਬੇ ਦੀ ਮਿਹਰ ਨਾਲ ਬਹੁਤ ਜਲਦੀ ਬਦਲ ਦੇਣਾ ਬਾਈ। ਇੱਕ ਖਾਸ ਗੱਲ ਹੋਰ ਵੀ ਆ, ਬਹੁਤ ਸਾਰੇ ਲੋਕਾਂ ਦੇ ਜਿਵੇਂ ਸੁਨੇਹੇ ਆਉਣ ਲੱਗੇ ਪੌਡਕਾਸਟ ਤੋਂ ਬਾਅਦ, ਜਿਵੇਂ ਤੁਸੀਂ ਗੁਰਬਾਣੀ ਲਈ ਵੀ ਪ੍ਰੇਰਿਤ ਕਰ ਰਹੇ ਹੋ ਬੱਚਿਆਂ ਨੂੰ, ਖਾਸ ਕਰਕੇ ਬੱਚੇ ਜਿਹੜੇ ਆਪਾਂ ਕਹਿ ਦਈਏ ਵੀ ਕੇਸ ਰੱਖ ਰਹੇ ਨੇ, ਇਹ ਵੀ ਇੱਕ ਬਹੁਤ ਪੋਜ਼ਿਟਿਵ એનર્ਜੀ ਦੇ ਰਿਹਾ ਹੈਗਾ ਪੰਜਾਬ ਨੂੰ। ਦੇਖੋ ਬਾਈ, ਗੁਰਬਾਣੀ ਦੀ ਗੱਲ ਇਦਾਂ ਵੀ, ਪਹਿਲਾਂ ਤਾਂ ਮੈਂ ਮੰਨਦਾ ਵੀ ਮੇਰੇ ਸਿਰ ਤੇ ਕੇਸ ਵਾਲੀ ਹੈ ਨਹੀਂ, ਠੀਕ ਹੈ ਜੀ, ਪਰ ਮੈਂ ਗੁਰਬਾਣੀ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਡੇ 1 ਤੋਂ ਹੀ, ਕਿਉਂਕਿ ਪਹਿਲਾਂ ਹੀ ਸਾਡੇ ਪਿੰਡ ਦੇ ਗ੍ਰੰਥੀ ਸਿੰਘ ਸੀਗੇ, ਉਹਨਾਂ ਨੇ ਮੈਨੂੰ ਛੋਟੇ ਹੁੰਦੇ ਨੂੰ ਜੋੜਤਾ ਸੀ। ਸਾਰੇ ਪਿੰਡ ਦੇ ਗ੍ਰੰਥੀ ਸਿੰਘਾਂ ਨੂੰ ਵੀ ਮੈਂ ਅਪੀਲ ਕਰਦਾ ਜਾਂ ਮੈਂ ਬੇਨਤੀ ਕਰਦਾ ਕਿ ਜਦੋਂ ਬੱਚੇ ਆਉਂਦੇ ਨੇ ਉਹਨਾਂ ਨੂੰ ਜੋੜਨਾ ਚਾਹੀਦਾ, ਉਹਨੂੰ ਬਿਠਾਉਣਾ ਚਾਹੀਦਾ ਗੁਰਦੁਆਰਾ ਸਾਹਿਬ। ਬਾਕੀ ਦੇਖੋ, ਮੈਂ ਚਾਹੁੰਦਾ ਵੀ ਮੈਨੂੰ ਪਰਸਨਲੀ ਲੱਗਦਾ ਬਾਈ, ਹਰ ਇੱਕ ਚੀਜ਼ ਸਿੱਖਣ ਤੋਂ ਪਹਿਲਾਂ, ਹਰ ਇੱਕ ਪੜ੍ਹਾਈ ਸਿੱਖਣ ਤੋਂ ਪਹਿਲਾਂ ਬੱਚਿਆਂ ਨੂੰ ਜੋ ਗੁਰਬਾਣੀ ਦੇ ਵਿੱਚ ਲਿਖਿਆ ਬਾਈ ਉਹ ਸਿੱਖਣਾ ਚਾਹੀਦਾ, ਕਿਉਂਕਿ ਜਵਾਕਾਂ ਨੂੰ ਸਕੂਲਾਂ 'ਚ ਆਪਾਂ ਕਹਿ ਲਓ ਵੀ ਇੱਕ ਲਿਖੀਆਂ ਹੋਈਆਂ ਚੀਜ਼ਾਂ ਪੜ੍ਹਾਈ ਜਾਂਦੇ ਹਾਂ ਜੋ ਪਹਿਲਾਂ ਸਾਰਾ ਸਿਲੇਬਸ ਲਿਖਿਆ ਹੁੰਦਾ, ਪਰ ਜਦੋਂ ਇੱਕ ਬੱਚੇ 'ਤੇ ਸਟ੍ਰੈਸ ਪੈਂਦੀ ਆ ਜ਼ਿੰਦਗੀ 'ਚ, ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਜ਼ਿੰਦਗੀ 'ਚ ਫੇਲੀਅਰ ਆਉਂਦੇ ਨੇ, ਮਾੜੇ ਉਹਨੂੰ ਲੋਕ ਮਿਲਦੇ ਨੇ, ਮਾੜੀ ਸਿਚੁਏਸ਼ਨ ਟੱਕਰਦੀ ਆ ਬਾਈ, ਉਹਦੇ ਕੋਲ ਕੋਈ ਪਲਾਨ ਨਹੀਂ ਹੁੰਦਾ ਉਹ ਚੀਜ਼ਾਂ ਨਾਲ ਨਜਿੱਠਣ ਦਾ। ਮੈਂ ਕਹਿੰਦਾ ਵੀ ਜਦੋਂ ਇੱਕ ਬੱਚਾ ਬਾਣੀ ਪੜ੍ਹ ਕੇ ਪ੍ਰਪੇਅਰ ਹੋ ਕੇ ਵੱਡਾ ਹੁੰਦਾ, ਉਹਨੂੰ ਕੋਈ ਵੀ ਉਹਦੇ ਨਾਲ ਇੱਦਾਂ ਦੀ ਕੋਈ ਚੀਜ਼ ਹੁੰਦੀ ਆ, ਉਹਦੇ ਲਈ ਮੈਂਟਲੀ ਪ੍ਰਪੇਅਰ ਹੋਊਗਾ, ਉਹਨੂੰ ਪਤਾ ਹੋਊਗਾ ਵੀ ਸਾਡੇ ਗੁਰੂਆਂ ਨੇ ਸਾਨੂੰ ਕੀ ਸਿਖਾਇਆ, ਜਦੋਂ ਸਾਡੇ 'ਤੇ ਦੁੱਖ ਆਉਂਦਾ ਜਾਂ ਕੋਈ ਚੀਜ਼ ਆਉਂਦੀ ਆ ਵੀ ਅਸੀਂ ਇਹਦੇ ਨਾਲ ਕਿਵੇਂ ਲੜਨਾ। ਬਾਣੀ ਮੈਂ ਕਹਿੰਦਾ ਵੀ ਸਕੂਲਾਂ ਦੇ ਵਿੱਚ ਸਾਰੇ ਟੀਚਰਾਂ ਨੂੰ ਮੈਂ ਕਹਿੰਦਾ ਵੀ ਆਪਣੇ ਵੱਲੋਂ ਤੇ ਜੇ ਤੁਹਾਡੇ ਸਿਲੇਬਸ 'ਚ ਨਹੀਂ ਹੈਗਾ ਤਾਂ ਸਾਰੇ ਆਪਾਂ ਗੁਰੂ ਘਰ ਜਾਂਦੇ ਹਾਂ, ਸਾਰੇ ਟੀਚਰ ਪੜ੍ਹੇ ਲਿਖੇ ਹੁੰਦੇ ਆ, ਥੋੜ੍ਹਾ ਬਹੁਤਾ ਬਾਣੀ ਦੇ ਵਿੱਚੋਂ ਬੱਚਿਆਂ ਨੂੰ ਚੀਜ਼ਾਂ ਦੱਸਦੇ ਰਹਿਣਾ ਚਾਹੀਦਾ ਬਾਈ। ਤੇ ਮੈਂ ਇਹੀ ਚਾਹੁੰਦਾ ਵੀ ਹਰ ਇੱਕ ਬੱਚੇ ਨੂੰ, ਮੈਨੂੰ ਇੱਕ ਗੱਲ ਯਾਦ ਆ, ਮੈਨੂੰ ਕਿਸੇ ਬੰਦੇ ਨੇ ਸਮਝਾਈ ਸੀ ਮੈਨੂੰ
ਕਿਸੇ ਸਕੂਲ ਚੋਂ ਨਹੀਂ ਸੀ ਪਤਾ ਲੱਗੀ। ਮੈਂ ਬਹੁਤ ਜਗ੍ਹਾ ਦੱਸ ਵੀ ਹਟਿਆ ਦੁੱਖ ਦਾਰੂ ਸੁੱਖ ਰੋਗ ਪਿਆ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਨਾ ਮਤਲਬ ਕੀ ਆ ਵੀ ਦੁੱਖ ਨੇ ਜਿਹੜੇ ਇਹ ਦਵਾਈ ਨੇ, ਸੁੱਖ ਜਦੋਂ ਬੰਦੇ ਲਈ ਰੋਗ ਬਣ ਜਾਂਦਾ, ਗੁਰੂ ਨਾਨਕ ਪਾਤਸ਼ਾਹ ਲਿਖਿਆ ਦੁੱਖ ਦਾਰੂ ਸੁੱਖ ਰੋਗ ਪਿਆ, ਹਨਾ, ਜਾਂ ਸੁੱਖ ਤਾਮਨਾ ਹੋਈ। ਜਦੋਂ ਸੁੱਖ ਰੋਗ ਬਣ ਜਾਂਦੇ ਨੇ ਪਰਮਾਤਮਾ ਤੁਹਾਨੂੰ, ਗੁਰੂ ਨਾਨਕ ਦੇਵ ਜੀ ਕਹਿੰਦੇ ਦੁੱਖ ਦਿੰਦਾ, ਫਿਰ ਤੁਸੀਂ ਗੇਨ ਹੁੰਦੇ ਹੋ, ਫਿਰ ਤੁਸੀਂ ਤਕੜੇ ਹੁੰਦੇ ਹੋ, ਦਵਾਈ ਦੇ ਤੌਰ ਤੇ ਤੁਹਾਨੂੰ ਦੁੱਖ ਮਿਲਦਾ। ਇਹ ਗੱਲ ਮੈਨੂੰ ਕਿਸੇ ਬੰਦੇ ਨੇ ਦੱਸੀ ਸੀਗੀ ਉਦੋਂ, ਕਹਿੰਦੇ ਤੈਨੂੰ ਜਦੋਂ ਮੈਂ ਸਟ੍ਰੈਸ ਸੀਗਾ ਆਪਣੀ ਲਾਈਫ ਚ, ਮੈਨੂੰ ਦੱਸਿਆ ਉਹ ਕਹਿੰਦੇ ਵੀ ਤੈਨੂੰ ਪਤਾ ਗੁਰੂ ਨਾਨਕ ਦੇਵ ਜੀ ਨੇ ਕੀ ਲਿਖਿਆ? ਉਦੋਂ ਤੱਕ ਮੈਨੂੰ ਮੀਨਿੰਗ ਨਹੀਂ ਸੀ ਪਤਾ, ਮੈਂ ਪੜ੍ਹਦਾ ਰਹਿੰਦਾ ਸੀ ਰਹਿਰਾ ਸਾਹਿਬ ਚ, ਫਿਰ ਮੈਨੂੰ ਪਤਾ ਲੱਗਾ ਵੀ ਬਾਕੀ ਸਾਡੇ ਗੁਰੂਆਂ ਨੇ ਇਹ ਸਿਖਾਇਆ ਵੀ ਦੁੱਖ ਹੀ ਦਵਾਈ ਆ, ਉਸ ਤੋਂ ਬਾਅਦ ਬਈ ਬਾਕੀ ਤਕੜੇ ਹੋਏ ਆ। ਗੁਰੂ ਨਾਨਕ ਪਾਤਸ਼ਾਹ ਦੀ ਮੈਂ ਕਹਿੰਦਾ ਆਹ ਧਰਤੀ ਤੇ ਖੜ ਕੇ ਹਾਜ਼ਰ ਨਾਜ਼ਰ ਕਰਕੇ ਉਹਨਾਂ ਨੂੰ ਕਹਿਣਾ ਵੀ ਬਾਈ ਇੱਕ ਇੱਕ ਗੱਲ ਸੱਚੀ ਆ, ਇੱਕ ਇੱਕ ਗੱਲ ਸੱਚੀ ਆ, ਜੇ ਤੁਸੀਂ ਸਿੱਖ ਲਓਗੇ, ਤੁਸੀਂ ਪੜ੍ਹ ਲਓਗੇ, ਬਾਕੀ ਆਸਾਂ ਦੀ ਵਾਰ ਦੀ ਬਾਣੀ ਆ, ਉਹਦੇ ਮੀਨਿੰਗ ਜ਼ਰੂਰ ਪੜ੍ਹੋ ਬਾਈ। ਜੇ ਤੁਸੀਂ ਪੜ੍ਹ ਲਓ, ਕੋਈ ਤੁਹਾਨੂੰ ਕਿਤਾਬ ਪੜ੍ਹਨ ਦੀ ਲੋੜ ਨਹੀਂ, ਕੁਛ ਪੜ੍ਹਨ ਦੀ ਲੋੜ ਨਹੀਂ, ਬਹਿ ਕੇ ਮੀਨਿੰਗ ਪੜ੍ਹ ਲਓ, ਇੱਕ ਵਾਰੀ ਰੱਟ ਲਓ ਵੀ ਮੀਨਿੰਗ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ, ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ, ਕਦੇ ਵੀ ਜ਼ਿੰਦਗੀ ਤੁਹਾਡਾ ਜਿਹਾ ਔਖਾ ਟਾਈਮ ਹੋਊਗਾ ਬਾਈ ਡੋਲਦੇ ਨਹੀਂ ਤੁਸੀਂ। ਜਿਵੇਂ ਬਹੁਤ ਸਾਰੇ ਸਾਨੂੰ ਸੁਨੇਹੇ ਆ ਰਹੇ ਨੇ ਤੇ ਮੈਂ ਖੁਦ ਵੀ ਇਹ ਫੀਲ ਕਰਦਾ ਵੀ ਜੇ ਪੋਜ਼ਿਟਿਵਿਟੀ ਤੁਸੀਂ ਦੇਖਣੀ ਆ ਜਾਂ ਹਾਂ ਪੱਖੀ ਹੁੰਗਾਰਾ ਪੰਜਾਬ ਦੇ ਵਿੱਚ ਕਿਤੇ ਵੀ ਦੇਖਣਾ ਗਾ ਤਾਂ ਜਦੋਂ ਤੁਸੀਂ ਪਿੰਕੇ ਨੂੰ ਮਿਲੋਗੇ ਤਾਂ ਹਾਂ ਪੱਖੀ ਹੁੰਗਾਰਾ ਆਊਗਾ। ਮਤਲਬ ਤੁਸੀਂ ਮੈਨੂੰ ਲੱਗਦਾ ਹੈਗਾ ਵੀ ਬਹੁਤ ਜਲਦੀ ਉਸ ਚੀਜ਼ ਨੂੰ ਇੰਨਾ ਮੈਂਟਲੀ ਬੰਦਾ ਪ੍ਰਪੇਅਰ ਹੋ ਕੇ ਤੇ ਹੋਰ ਨੌਜਵਾਨਾਂ ਨੂੰ, ਜਿਵੇਂ ਬਹੁਤ ਸਾਰੇ ਬੱਚੇ ਮੈਂ ਦੇਖ ਰਿਹਾ ਹਾਂ ਜਿਵੇਂ ਉਹ ਬੱਚੇ ਨਾਲ ਵੀ ਤੁਸੀਂ ਬੁਲਾਇਆ ਸੀਗਾ ਤੇ ਮਤਲਬ ਇਹ ਤਾਂ ਬਹੁਤ ਵੱਡੀ ਮਤਲਬ ਤੁਸੀਂ ਇੱਕ ਆਪਾਂ ਕਹਿ ਦਈਏ ਵੀ ਕਾਰਜ ਕਰ ਰਹੇ ਹੋ ਪੰਜਾਬ। ਹਾਂਜੀ ਬਾਈ, ਇਹ ਦੇਖੋ ਦੇਖ ਹੀ ਜਿਵੇਂ ਕਹਿ ਲਓ ਵੀ ਮਾਹੌਲ ਬਦਲਦਾ, ਇਹਨਾਂ ਲਈ ਆਪਾਂ ਖੜੇ ਹਾਂ। ਜਦੋਂ ਅਸੀਂ ਛੋਟੇ ਸੀ ਮੈਨੂੰ ਸਪੋਰਟ ਸੀਗੀ ਮੇਰੇ ਮਾਂ ਬਾਪ ਦੀ, ਮੇਰੇ ਵੱਡੇ ਭਰਾ ਹੈਰੀ ਵੀਰੇ ਦੀ, ਕਿਉਂਕਿ ਮੈਂ ਕਿਸਮਤ ਵਾਲਾ ਸੀਗਾ, ਸਾਡੇ ਘਰੇ ਆਪਾਂ ਕਹਿੰਦੇ ਵੀ ਘਰ ਚ ਗੰਗਾ, ਸਾਡੇ ਘਰ ਚ ਗੰਗਾ ਸੀਗੀ। ਮੈਂ ਹੈਰੀ ਵੀਰੇ ਨੂੰ ਦੇਖ ਕੇ ਵੱਡਾ ਹੋਇਆ, ਉਹਨਾਂ ਤੋਂ ਚੀਜ਼ਾਂ ਸਿੱਖੀਆਂ, ਮਾਂ ਪਿਓ ਤੋਂ ਬਹੁਤ ਕੁਛ ਸਿੱਖਿਆ, ਸਾਡੀ ਕੇਅਰ ਵੀ ਹੋਈ, ਇਹ ਨਹੀਂ ਕੰਮ ਕੀਤਾ ਸਾਡੇ ਮਾਂ ਪਿਓ ਨੇ ਵੀ ਬੱਚੇ ਜੰਮੇ ਤੇ ਉਹ ਆਪਣਾ ਕੰਮ ਕਰ ਦੇਖ ਰਹੇ ਨੇ, ਆਪਣੇ ਸ਼ੌਂਕ ਪੂਰੇ ਕਰ ਰਹੇ, ਜਵਾਕ ਆਪੇ ਰੁਲਦਾ ਪਲ ਰਿਹਾ ਨਹੀਂ। ਉਹਨਾਂ ਨੇ ਇਹ ਫਰਜ਼ ਨਿਭਾਇਆ, ਜਿਹਨਾਂ ਨੇ ਬੱਚੇ ਜੰਮੇ ਨੇ ਉਹਨਾਂ ਨੇ ਨਿਗਰਾਨੀ ਹੇਠ ਪਾਲੇ ਨੇ। ਜੇ ਬੂਟਾ ਉੱਥੇ ਲਾਇਆ ਤਾਂ ਧਿਆਨ ਰੱਖਣਾ ਪੈਂਦਾ ਵੀ ਇਹਦਾ ਪਾਣੀ ਕਿੰਨਾ, ਇਹਨੂੰ ਪਾਣੀ ਆ, ਕਿਹੜੀ ਚੀਜ਼ ਇਹਨਾਂ ਹੋ ਰਹੀ ਆ। ਉਵੇਂ ਮਾਂ ਪਿਓ ਨੇ ਸਾਨੂੰ ਪਾਲਿਆ, ਟਾਈਮ ਟਾਈਮ ਤੇ ਮਾੜੀਆਂ ਚੀਜ਼ਾਂ ਤੋਂ ਰੋਕਿਆ, ਸਾਨੂੰ ਚੰਗੀ ਬਾਈ ਸਮਝ ਮਿਲਦੀ ਰਹੀ ਆ, ਉਹਦਾ ਰਿਜ਼ਲਟ ਅੱਜ ਤੁਹਾਡੇ ਮੂਹਰੇ ਖੜਿਆ ਤੇ ਸਾਰੇ ਜਵਾਕਾਂ ਦੇ ਨਾਲ ਅਸੀਂ ਆਪਣੀ ਸੋਚ ਲੈ ਕੇ ਖੜੇ ਹਾਂ। ਇਹਨਾਂ ਵੱਲ ਅਸੀਂ ਕਿਸੇ ਨੂੰ ਮਾੜੀ ਨਿਗਾਹ ਨਾਲ ਬਾਈ ਦੇਖਣ ਨਹੀਂ ਦਿੰਦੇ, ਜਿੰਨੇ ਚੋਗੇ ਹੈਗੇ ਆ। ਮੰਨਦੇ ਆ ਵੀ ਅੱਜ ਕੰਪਨੀਆਂ ਸਾਰੀਆਂ ਇਕੱਠੀਆਂ ਹੋ ਕੇ ਐਡ ਕਰਕੇ ਇਹਨਾਂ ਤੱਕ ਮਾੜੀਆਂ ਚੀਜ਼ਾਂ ਪਹੁੰਚਦੀਆਂ ਹੋ ਰਹੀਆਂ ਨੇ, 99% ਇਹ ਮਾੜੀਆਂ ਚੀਜ਼ਾਂ ਦੇਖ ਰਹੇ ਨੇ ਅੱਜ ਵੀ। ਪਰ ਵਾਹਿਗੁਰੂ ਦੀ ਕਿਰਪਾ ਆਪਣੇ ਤੇ ਸਾਰੇ ਭਰਾ ਨਾਲ ਨੇ, ਆਪਾਂ ਟਰਾਈ ਕਰਾਂਗੇ ਵੀ ਜਿੰਨੀਆਂ ਚੰਗੀਆਂ ਚੀਜ਼ਾਂ ਇਹਨਾਂ ਨੂੰ ਦਿਖਾ ਸਕਦੇ ਹਾਂ ਦਿਖਾਈਏ। ਇੱਕ ਬੰਦੇ ਦਾ ਕੱਲ੍ਹ ਮੈਸੇਜ ਵੀ ਆਇਆ ਸੀ, ਉਹ ਕਹਿੰਦਾ ਮੈਂ ਇੰਸਟਾਗ੍ਰਾਮ ਬੰਦ ਕਰਤਾ ਸੀਗਾ ਵੀ ਮੈਂ ਜਦੋਂ ਵੀ ਸਕਰੋਲਿੰਗ ਕਰਦਾ ਸੀਗਾ ਮੈਨੂੰ ਮਾੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ, ਕਹਿੰਦਾ ਅੱਜ ਜਦੋਂ ਮੈਂ ਸਵੇਰੇ ਉੱਠ ਕੇ ਇੰਸਟਾ ਖੋਲਦਾ ਤਾਂ ਵਾਕਈ ਮੈਨੂੰ ਕੁਛ ਨਾ ਕੁਛ ਕਹਿੰਦਾ ਚੰਗਾ ਇੱਥੋਂ ਪਹਿਲੀ ਵਾਰੀ ਸਿੱਖਣ ਨੂੰ ਮਿਲ ਰਿਹਾ। ਖਾਸ ਕਰਕੇ ਜੇ ਮੈਂ ਸਾਰੇ ਪੰਜਾਬ ਦੀ ਗੱਲ ਕਰੂੰਗਾ, ਸੋਡੇ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ, ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਫਾਊਂਡੇਸ਼ਨਾਂ ਜਿਵੇਂ ਉਹ ਕਈ ਫਾਊਂਡੇਸ਼ਨਾਂ ਪੌਦੇ ਲਾ ਰਹੀਆਂ ਆਈਆਂ, ਸਤਲੁਜ ਦੀ ਨੌਜਵਾਨ ਸਫਾਈ ਕਰ ਰਿਹਾ, ਮਤਲਬ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਕੁਛ ਹਾਂ ਪੱਖੀ ਪੋਜ਼ਿਟਿਵ ਚੰਗਾ ਹੋ ਰਿਹਾ ਹੈਗਾ। ਬਿਲਕੁਲ ਹਾਂਜੀ ਬਾਈ, ਦੇਖੋ ਦੇਖੀ ਅਸੀਂ ਵੀ ਕਿਸੇ ਨੂੰ ਦੇਖ ਕੇ ਲੱਗੇ ਸੀ, ਅਸੀਂ ਜੋ ਅਸੀਂ ਅੱਜ ਕਰ ਰਹੇ ਹਾਂ ਅਸੀਂ ਵੀ ਕਿਸੇ ਤੋਂ ਚੰਗਾ ਕੁਛ ਦੇਖ ਕੇ ਬਾਈ ਸਿੱਖੇ ਹਾਂ। ਸੋ ਦੇਖ ਕੇ ਹੀ ਇੱਕ ਗੱਲ ਇਹ ਹੋਈ ਆ ਨਾ ਬਾਈ, ਮੇਰੇ ਇਹ ਜ਼ੋਰ ਮਾਰਨ ਤੋਂ ਪਹਿਲਾਂ, ਮੈਂ ਕਬੱਡੀ 'ਚ ਪਹਿਲਾਂ ਬਿਜ਼ੀ ਸੀਗਾ, ਮੇਰੇ ਇਹ ਚੀਜ਼ ਕਰਨ ਤੋਂ ਪਹਿਲਾਂ ਜਿਹੜੀਆਂ ਵਰਕਆਊਟ ਦੀਆਂ ਵੀਡੀਓ ਸੀਗੀਆਂ, ਚੰਗੀਆਂ ਚੀਜ਼ਾਂ ਤਾਂ ਚਲੋ ਚੱਲੀ ਜਾਂਦੀਆਂ ਨੇ, ਪਰ ਜਿਹੜੀ ਵਰਕਆਊਟ ਦੀ ਵੀਡੀਓ ਨੂੰ ਸੀਗਾ ਜ਼ਿਆਦਾ ਇਗਨੋਰ ਕੀਤਾ ਜਾਂਦਾ ਸੀ। ਮੁੰਡੇ ਪਾ ਪਾ ਕੇ ਥੱਕ ਗਏ ਸੀ, ਉਹਨਾਂ ਨੂੰ ਕੋਈ ਅਹਿਮੀਅਤ ਨਹੀਂ ਸੀ ਮਿਲਦੀ, ਕੋਈ ਦੇਖਦਾ ਨਹੀਂ ਸੀ। ਪਰ ਜਦੋਂ ਇੱਕਦਮ ਚੀਜ਼ਾਂ ਵਾਇਰਲ ਹੋਈਆਂ, ਮੁੰਡਿਆਂ ਨੂੰ ਵੀ ਲੱਗਿਆ ਵੀ ਜੇ ਅਸੀਂ ਆਹ ਚੀਜ਼ ਕਰਾਂਗੇ ਤਾਂ ਅਸੀਂ ਹਾਈਲਾਈਟ ਹੋ ਸਕਦੇ ਹਾਂ, ਤੇ ਉਹਨਾਂ ਨੇ ਫਿਰ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ, ਉਹ ਕਰਦੇ 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 ਬਾਈ ਇਹ ਟ੍ਰੈਂਡ ਚੱਲ ਪਿਆ।
ਤੇ ਇਹੀ ਚੀਜ਼ ਆ ਵੀ ਹੁਣ ਕੋਈ ਵੀ ਮੁੰਡਾ ਵਰਕਆਊਟ ਦੀ ਵੀਡੀਓ ਪਾਉਂਦਾ ਤਾਂ ਉਹ ਦੇਖੀ ਜਾਂਦੀ ਆ, ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ, ਮੁੰਡਿਆਂ ਦਾ ਹੌਸਲਾ ਵੱਧਦਾ, ਜਦੋਂ ਕਿਸੇ ਬੰਦੇ ਦਾ ਹੌਸਲਾ ਵਧਣ ਲੱਗ ਜਾਂਦਾ ਬਈ ਫਿਰ ਬੰਦਾ ਮੱਲ ਮਾਰਦਾ ਹੀ ਆ। ਇੱਕ ਖਾਸ ਤੌਰ ਤੇ ਆਪਾਂ ਜੇ ਬੱਚਿਆਂ ਦੀ ਬਈ ਗੱਲ ਕਰੀਏ, ਹਾਂਜੀ ਹਾਂਜੀ ਬਾਈ, ਤੇ ਬੱਚੇ ਸਾਰੇ ਤੁਹਾਡੇ ਪਿੰਡ ਦੇ ਹੈਗੇ ਵੀ? ਹਾਂਜੀ ਬਾਈ, ਆਪਣੇ ਪਿੰਡ ਦੇ ਆ ਮੁੰਡੇ ਇਹ, ਤੇ ਬਾਕੀ ਕੁਛ ਬਾਹਰੋਂ ਪਿੰਡਾਂ ਤੋਂ ਵੀ ਆਉਂਦੇ ਸੀਗੇ, ਹੁਣ ਸਕੂਲ ਲੱਗ ਗਏ ਪਰ ਇਹਨਾਂ ਨੂੰ ਮੁੜਨਾ ਪੈਂਦਾ ਹੁਣ। ਪਰ ਇੱਕ ਇਹਨਾਂ ਨੂੰ ਜੇ ਮੁੰਡਿਆਂ ਬੱਚਿਆਂ ਨੂੰ ਤੁਸੀਂ ਦਿਖਾਓਗੇ, ਮੈਂ ਇੱਕ ਕਹਿਣਾ ਚਾਹੁੰਦਾ ਕਿ ਸਾਡਾ ਫਰਜ਼ ਸੀ ਸਿਰਫ ਇੰਨੀ ਚੀਜ਼ ਕਰ ਸਕਦੇ ਆ ਕਿ ਇਹ ਘਰੋਂ ਕੱਢਣੇ ਸੀ ਜੀ, ਇਹ ਨਹੀਂ ਜੇ ਇੱਥੇ ਨਾ ਆਉਂਦੇ ਬਾਈ ਇਹਨਾਂ ਨੇ ਫੋਨਾਂ ਤੇ ਲੱਗਣਾ ਸੀ ਜਾਂ ਕਹਿ ਲਓ ਵੀ ਹੋਰ ਚੀਜ਼ਾਂ ਸੀਗੀ, ਮੈਂ ਅਸੀਂ ਇੰਨਾ ਕਰ ਸਕਦੇ ਸੀਗੇ ਵੀ ਇਹਨਾਂ ਨੂੰ ਘਰੋਂ ਕੱਢਤਾ, ਘਰੋਂ ਕੱਢ ਕੇ ਹੁਣ ਇਹਨੂੰ ਇੱਥੇ ਲਏ, ਇਹਨਾਂ ਨੂੰ ਅਸੀਂ ਬਾਡੀ ਫਿੱਟ ਕਰ ਸਕਦੇ ਹਾਂ, ਇਹਨਾਂ ਨੂੰ ਮੈਂਟਲੀ ਪ੍ਰਿਪੇਅਰ ਕਰ ਸਕਦੇ ਹਾਂ, ਪਰ ਇਹਨੂੰ ਅਸੀਂ ਕੋਈ ਗੇਮ ਨਹੀਂ ਸਿਖਾ ਸਕਦੇ। ਹੁਣ ਮੈਂ ਸਾਰੇ ਗੇਮਾਂ ਦੇ ਕੋਚ ਸਾਹਿਬਾਨਾਂ ਨੂੰ ਜਾਂ ਜਿਹੜੀਆਂ ਗੇਮਾਂ ਦੀਆਂ ਕਹਿ ਲਓ ਵੀ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਨੇ, ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਸਾਡਾ ਫਰਜ਼ ਇੱਥੇ ਤੱਕ ਆ, ਅੱਗੇ ਤੁਸੀਂ ਸਾਹਮਣੇ ਆ। ਜਦੋਂ ਇਹਨਾਂ ਨੂੰ ਕਿਸੇ ਗੇਮ ਦੀ ਝਟਕ ਲੱਗਣੀ ਆ, ਇਹਨਾਂ ਨੇ ਹਰ ਹੱਦ ਤੱਕ ਉਹਨੂੰ ਪਾਉਣ ਲਈ ਗੇਮ 'ਚ ਸਟਾਰ ਬਣ ਲਈ ਇਹਨਾਂ ਨੇ ਜ਼ੋਰ ਮਾਰਨਾ। ਹੁਣ ਇਹ ਤੁਸੀਂ ਦੇਖਣਾ ਵੀ ਤੁਹਾਡੀਆਂ ਗੇਮਾਂ ਦੇ ਵਿੱਚ ਚੱਲ ਕੀ ਰਿਹਾ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਰਕੇ ਇਹਨਾਂ ਨੂੰ ਤਕੜਾ ਹੋਣਾ ਪੈ ਸਕਦਾ, ਇਹਨਾਂ ਦੇ ਮੈਂਟਲ 'ਤੇ ਕੀ ਜਾ ਕੇ ਅੱਗੇ ਪ੍ਰਭਾਵ ਪੈਣਾ। ਅਸੀਂ ਇੰਨੇ ਕਰ ਸਕਦੇ ਸੀ ਘਰੋਂ ਕੱਢ ਲਏ, ਤੇ ਅੱਗੇ ਮੈਂ ਨੀ ਪਾਪਾ ਦਾ ਭਾਗੀ ਬਣਨਾ ਚਾਹੁੰਦਾ, ਮੈਂ ਨੀ ਚਾਹੁੰਦਾ ਵੀ ਅਸੀਂ ਘਰੋਂ ਕੱਢ ਕੇ ਇਹਨਾਂ ਨੂੰ ਮੈਂ ਕਿਸੇ ਚੰਗੀ ਮਾੜੀ ਚੀਜ਼ 'ਚ ਪਾ ਦੇਵਾਂ, ਮੈਂ ਚਾਹੁੰਦਾ ਵੀ ਇਹ ਘਰੋਂ ਕੁਛ ਚੰਗਾ ਇਹਨਾਂ ਦੇ ਮਾਂ ਬਾਪ ਨੇ ਸੋਚ ਕੇ ਨਿਆਣੇ ਭੇਜੇ ਨੇ, ਇਹਨਾਂ ਦਾ ਚੰਗਾ ਹੀ ਹੋਵੇ। ਤੇ ਇੱਕ ਅਸੀਂ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਵੀ 5 ਵਜੇ ਅਸੀਂ ਇੱਥੇ ਪਹੁੰਚੇ ਸੀ, ਤੇ 5 ਵਜੇ ਨੌਜਵਾਨ ਸਾਡੇ ਤੋਂ ਮਤਲਬ ਪਹਿਲਾਂ ਆ ਕੇ ਇੱਥੇ ਖੜੇ ਸੀਗੇ, ਇਹ ਵੀ ਬਹੁਤ ਵੱਡੀ ਗੱਲ ਆ ਬਾਈ। ਮੈਂ ਕਹਿੰਦਾ ਰੋਕ ਕੇ ਰੱਖੇ ਉਹਨੇ, 4 ਵਜੇ ਆ ਜਾਂਦੇ ਨੇ, ਉਹਨੂੰ ਕਹਿਣਾ ਪੈਂਦਾ ਵੀ ਥੋੜੇ ਮੋਟਰ ਕਰਕੇ ਇੱਥੇ ਧਿਆਨ ਰੱਖਣਾ ਪੈਂਦਾ। ਬਾਕੀ ਕਈ ਬੰਦੇ ਕਹਿੰਦੇ ਆ ਨਾ ਬਾਈ ਵੀ ਵੀ ਤੂੰ ਮੋਟਰ ਤੇ ਕਿਉਂ ਐਕਸਰਸਾਈਜ਼ ਕਰਦਾ, ਗਰਾਊਂਡ ਸਾਡੇ ਗਰਾਊਂਡ ਵੀ ਇੱਥੇ, ਗਰਾਊਂਡ ਵੀ ਅਸੀਂ ਹੱਥੀਂ ਤਿਆਰ ਕੀਤਾ ਹੋਇਆ, 70-75 ਲੱਖ ਰੁਪਏ ਅਸੀਂ ਗਰਾਊਂਡ ਦੇ ਵਿੱਚ ਇਕੱਠਾ ਕਰਕੇ ਲਾਇਆ ਹੋਇਆ ਸਾਰੇ ਪਾਸਿਓਂ। ਬਾਕੀ ਮੇਰਾ ਮੋਟਰ ਤੇ ਆਉਣ ਦਾ ਰੀਜ਼ਨ ਇਹ ਸੀਗਾ ਕਿ ਬਹੁਤ ਬੰਦੇ ਨੂੰ ਇਹ ਚੀਜ਼ ਨਹੀਂ ਪਤਾ, ਜਿਹੜੀ ਗੇਮ ਹੁੰਦੀ ਆ ਬਾਈ ਉਹ ਮਸਲ ਤੇ ਮਾਈਂਡ ਦੀ ਆ ਸਾਰੀ। ਮੈਂ ਮੋਟਰ ਤੇ ਤਾਂ ਆਉਂਦਾ ਸੀ ਕਿਉਂਕਿ ਮੈਂ ਚੀਜ਼ਾਂ ਸਿੱਖਦਾ ਸੀ, ਮੈਨੂੰ ਉਦੋਂ ਵਧੀਆ ਨਹੀਂ ਸੀ ਲੱਗਦਾ ਜਦੋਂ ਮੈਂ ਐਕਸਰਸਾਈਜ਼ ਕਰਦਾ ਕੋਈ ਮੈਨੂੰ ਦੇਖੇ, ਮੈਂ ਚਾਹੁੰਦਾ ਵੀ ਮੈਂ ਨਹੀਂ, ਸਾਰਿਆਂ ਨੂੰ ਪਤਾ ਵੀ ਜਦੋਂ ਤੁਸੀਂ ਕੋਈ ਐਕਸਰਸਾਈਜ਼ ਕਰਦੇ ਹੋ ਤੁਹਾਡੇ ਜਿਹੜਾ ਮਾਈਂਡ ਆ ਪ੍ਰੈਜੈਂਟ ਚਾਹੀਦਾ, ਉਹ ਕਹਿ ਲਓ ਵੀ ਆਪਣੀ ਮੂਵਮੈਂਟ ਦੇ ਵਿੱਚ ਇੱਥੇ ਤੁਸੀਂ ਫੋਕਸ ਤੁਹਾਡਾ ਪੂਰਾ ਚਾਹੀਦਾ, ਜਦੋਂ 4 ਬੰਦੇ ਬੈਠੇ ਦੇਖੀ ਜਾਂਦੇ ਆ ਸਾਨੂੰ ਫਿਰ ਬੰਦੇ ਦਾ ਦਿਮਾਗ ਨਹੀਂ ਲੱਗਦਾ। ਮੈਂ ਇੱਥੇ ਸਿੱਖਣ ਆਉਂਦਾ ਸੀ, ਉਦੋਂ ਤੁਸੀਂ ਮੈਂ ਇੱਥੇ ਆਉਣ ਲੱਗ ਗਿਆ, ਮੈਂ ਆਪਣਾ ਗਰਾਊਂਡ ਇੱਥੇ ਬਣਾਇਆ, ਜਵਾਕ ਮੈਨੂੰ ਦੇ ਕੇ ਇੱਥੇ ਆਉਣ ਲੱਗ ਗਏ, ਚਲੋ ਬਾਕੀ ਮਹਾਰਾਜ ਦੀ ਮਿਹਰ ਆ, ਧਰਤੀ ਵੀ ਸਾਡੀ ਖੁਸ਼ ਆ ਇਸ ਟਾਈਮ ਬਾਈ। ਬਿਲਕੁਲ ਜੀ, ਧਰਤੀ ਬਾਗੋ ਬਾਗ, ਪੂਰੀ ਬਾਗੋ ਬਾਗ ਆ, ਮਹਾਰਾਜ ਦੀ ਬਹੁਤ ਕਿਰਪਾ ਬਾਈ, ਆਪਣੇ ਸ਼ੁਕਰਾਨਾ ਪਰਮਾਤਮਾ ਦਾ ਉੱਠਦੀ ਸਾਰ ਕਰਦੇ ਆ ਬਾਈ ਵੀ ਉਹਨੇ ਇੱਧਰ ਨੂੰ ਤੋਰਿਆ, ਬਾਕੀ ਉਹਨੇ ਬਲ ਬਹੁਤ ਬਖਸ਼ਿਆ ਬਾਈ, ਤੁਹਾਨੂੰ ਮੇਰੀ ਅੱਖਾਂ 'ਚ ਬਲ ਮੈਨੂੰ ਲੱਗਦਾ ਦਿਖਦਾ ਵੀ ਹੋਣਾ। ਇੱਕ ਗੱਲ ਹੋਰ ਆ, ਜਿਹੜੀ ਆਪਾਂ ਆਫ ਰਿਕਾਰਡ ਗੱਲ ਕਰੀ ਜਾਂਦੇ ਸੀ, ਉਦੋਂ ਮੈਂ ਤੁਹਾਨੂੰ ਦੱਸਿਆ ਨਹੀਂ, ਮੇਰਾ ਦਿਲ ਵੀ ਸੀਗਾ ਵੀ ਤੁਹਾਨੂੰ ਮੈਂ ਇੰਟਰਵਿਊ ਦੇ ਵਿੱਚ ਗੱਲ ਕਰੂੰਗਾ। ਠੀਕ ਆ ਜੀ, ਉਹ ਗੱਲ ਬਾਈ ਇਹ ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਤੁਹਾਨੂੰ ਬਹੁਤ ਸਾਰੇ ਆਫਰ ਆਉਣ ਲੱਗ ਗਏ ਆ ਕੰਪਨੀਆਂ ਦੇ ਵੀ ਆ ਸਾਡਾ ਪ੍ਰੋਡਕਟ ਪ੍ਰਮੋਟ ਕਰ ਦਿਓ, ਪਰ ਅਸੀਂ ਤੁਹਾਨੂੰ ਇਹ ਤੁਹਾਨੂੰ ਵੀ ਜਾਣ ਕੇ ਖੁਸ਼ੀ ਹੋਊਗੀ, ਸਾਨੂੰ ਖੁਦ ਇਹ ਸੁਨੇਹਾ ਆਇਆ ਤੁਹਾਡੇ ਕਿਸੇ ਮਤਲਬ ਜਿਹੜਾ ਤੁਹਾਨੂੰ ਬਹੁਤ ਲੰਮੇ ਟਾਈਮ ਤੋਂ ਫੋਲੋ ਕਰਦਾ, ਖਾਸ ਕਰਕੇ ਕਬੱਡੀ ਦੇ ਦਿਨਾਂ ਤੋਂ, ਉਹਨੇ ਕਿਹਾ ਵੀ ਪੈਂਕੇ ਨੂੰ ਕਹੋ ਵੀ ਪ੍ਰੋਡਕਟ ਵਾਲਿਆਂ ਤੋਂ ਬਚ ਕੇ ਰਹੋ, ਮਤਲਬ ਉਹ ਤੁਹਾਡੇ ਚਾਹੁਣ ਵਾਲੇ ਵੀ ਇੰਨੇ ਸੁਹਿਰਦ ਨੇ ਤਾਂ ਉਹ ਫਿਕਰਮੰਦ ਵੀ ਨੇ ਵੀ ਇਹ ਚੀਜ਼ਾਂ ਤੋਂ ਮਤਲਬ ਪਿੰਕੇ ਨੇ ਉੱਧਰ ਨਹੀਂ ਜਾਣਾ, ਤੇ ਹੁਣ ਤੁਸੀਂ ਵੀ ਗੱਲ ਕਰੋ, ਹਾਲਾਂਕਿ ਤੁਸੀਂ ਤਾਂ ਆਪ ਹੀ ਗੱਲ ਕਰਤੀ, ਆਪਾਂ ਪਹਿਲਾਂ ਕੋਈ ਡਿਸਕਸ ਉਹ ਕਰਿਆ ਨਹੀਂ ਸੀਗਾ। ਬਾਕੀ ਆਪਾਂ ਬਾਈ ਆਪਣਾ ਮੁੱਲ ਨਹੀਂ ਪੈਣਾ ਬਾਜ਼ਾਰ ਤੋਂ, ਹਾਂ ਇਹ ਖੜੇ ਆ, ਕੋਈ ਸਾਡਾ ਮੁੱਲ ਨਹੀਂ ਪਾ ਸਕਦਾ, ਨਾ ਅੱਜ ਤੱਕ ਪਿਆ ਨਾ ਪੈਣਾ, ਲੱਖਾਂ ਰੁਪਇਆ ਛੱਡਿਆ ਹੁਣ ਵੀ ਡੇਲੀ ਛੱਡ ਰਿਹਾ, ਕੋਈ ਕੋਈ ਕੰਪਨੀ ਕੋਈ ਲੱਖਾਂ ਕਰੋੜਾਂ ਰੁਪਇਆ ਸਿੱਟ ਕੇ ਸਾਨੂੰ ਖਰੀਦ ਨਹੀਂ ਸਕਦੀ, ਕਹਿ ਲਓ ਵੀ ਅਣਮੁੱਲਾ ਸਾਨੂੰ ਜਿਹੜਾ ਕੰਮ ਪਰਮਾਤਮਾ ਨੇ ਬਖਸ਼ਿਆ। ਬਾਕੀ ਮੈਂ ਕਹਿੰਦਾ ਵੀ ਚਲੋ ਅਸੀਂ ਛੱਡ ਛੜਾ ਦਿੱਤਾ, ਪੈਸਾ ਛੱਡਤਾ ਡੇਲੀ ਬਾਈ, ਮੈਂ ਤੁਹਾਨੂੰ ਦੱਸ ਗਿਆ ਟਾ ਵੀ ਬੜੀਆਂ ਆਫਰ ਆਉਂਦੀਆਂ ਨੇ, ਬੜੀਆਂ ਈਮੇਲਸ ਆਉਂਦੀਆਂ ਆਉਂਦੀ ਨੇ, ਚਲੋ ਨੋਰਮਲ ਜੀ ਗੱਲ ਆ, ਜਦੋਂ ਕੋਈ ਬੰਦਾ ਫੇਸ ਵੈਲਿਊ ਬਣ ਜਾਂਦੀ ਆ ਬੰਦਾ ਵਾਇਰਲ ਹੁੰਦਾ, ਕੰਪਨੀ ਤੁਹਾਡੇ ਕੋਲ ਪਹੁੰਚਦੀਆਂ ਨੇ, ਮੈਨੂੰ ਪਤਾ ਵੀ ਜਿਹੜੀ ਚੀਜ਼ ਅੱਜ ਮੈਂ ਦਿਖਾਊਂਗਾ ਵੀ ਉਹ ਜਵਾਕਾਂ ਨੇ ਬਾਈ ਕਿਵੇਂ ਨਾ ਕਿਵੇਂ ਜਾ ਕੇ ਖਰੀਦਣ ਦੀ ਕੋਸ਼ਿਸ਼ ਕਰਨੀ ਓ ਕਰਨੀ ਆ, ਹਨਾ, ਤੇ ਆਪਾਂ ਬਾਈ ਵਿਕਦੇ ਨਹੀਂ ਤੇ ਖੜੇ ਆ ਸੱਚ ਦੇ ਆਧਾਰ ਤੇ ਖੜੇ ਆ, ਕੋਈ ਸਾਡਾ ਮੁੱਲ ਨਹੀਂ ਪਾ ਸਕਦਾ, ਨਾ ਅੱਜ ਤੱਕ ਕਿਸੇ ਤੋਂ ਪਿਆ ਨਾ ਪੈਣਾ, ਤੇ ਕੋਈ ਏਦਾਂ ਦੀ ਗਲਤ ਚੀਜ਼ ਨਾ ਪ੍ਰਮੋਟ ਕੀਤੀ ਆ ਨਾ ਪ੍ਰਮੋਟ ਕਰਨੀ ਆ ਬਾਈ।
ਤੇ ਇਹਨਾਂ ਦਾ ਚੰਗਾ ਹੀ ਸੋਚਦਾ। ਬਾਕੀ ਮੈਂ ਇਹ ਕਹਿਣਾ ਚਾਹੁੰਦਾ ਜਵਾਕਾਂ ਨੂੰ ਕਿ ਹਾਂ ਬਹੁਤ ਨੁਕਸਾਨ ਕਰਾਇਆ ਮੈਂ, ਤੇ ਕਈ ਵਾਰੀ ਮੈਂ ਸੋਚਦਾ ਹੁੰਦਾ ਵੀ ਮੈਂ ਕਿੱਧਰ ਨੂੰ ਜਾ ਰਿਹਾ, ਹਨਾ ਵੀ ਮੇਰੀ ਫਾਈਨੈਂਸ਼ੀਅਲੀ ਹਾਲਤ ਕੀ ਹੋ ਸਕਦੀ ਅੱਗੇ ਜਾ ਕੇ, ਪਰ ਨਹੀਂ, ਮੈਂ ਕਹਿੰਦਾ ਵੀ ਮੇਰਾ ਕੋਈ ਚੱਕਰ ਨਹੀਂ, ਸਾਡੇ ਵਰਗੇ ਬੜੇ ਆਏ, ਬੜੇ ਗਏ ਤੇ ਬੜਿਆਂ ਨੇ ਹੋਰ ਆਈ ਜਾਣਾ, ਪਰ ਮੇਨ ਮੁੱਖ ਦੀ ਗੱਲ ਇਹ ਵੀ ਰਿਜ਼ਲਟ ਆਉਣੇ ਚਾਹੀਦੇ ਆ। ਇਹ ਨਾ ਹੋਵੇ ਤੁਸੀਂ ਕਮੈਂਟਾਂ 'ਚ ਫੋਕੀ ਬੱਲੇ ਬੱਲੇ ਕਰੀ ਜਾਓ ਬਾਈ ਨਾਲ ਤੇਰੇ ਤੁਰੇ ਹੋਏ ਆ, ਨਹੀਂ, ਜੇ ਤੁਸੀਂ ਹੈਗੇ ਹੋ ਤਾਂ ਇੱਕ ਵਾਰੀ ਕੰਮ ਕਰਕੇ ਦਿਖਾ ਦਿਓ ਵੀ ਸਾਨੂੰ ਸਕੂਨ ਆ ਜਾਵੇ ਬਸ। ਪੈਸਾ ਇਹ ਜਿਹੜਾ ਤੁਸੀਂ ਰਿਜ਼ਲਟ ਲੈ ਕੇ ਆਓਗੇ, ਤੁਸੀਂ ਕਹੋਗੇ ਜਾ ਕੇ, ਬੰਦਾ ਕਹਿੰਦਾ ਮੈਂ ਸ਼ਰਾਬ ਛੱਡਤੀ, ਕੋਈ ਕਹਿੰਦਾ ਮੈਂ ਵੇਪ ਛੱਡਤੀ, ਕੋਈ ਕਹਿੰਦਾ ਅਸੀਂ ਹੁੱਕਾ ਛੱਡਤਾ, ਬਾਈ ਬਹੁਤ, ਬਾਈ ਮੁੰਡੇ ਗਲਤ, ਮੁੰਡੇ ਕੁੜੀਆਂ ਵੀ ਗਲਤ ਹੀ ਜਾ ਪਿਆ ਜਦੋਂ ਕਹਿੰਦੇ ਆ, ਬਸ ਇਹੀ ਸਾਨੂੰ ਕਹਿ ਲਓ ਵੀ ਹੌਸਲਾ ਮਿਲਦਾ, ਇਹੀ ਧੰਨ ਆ ਹੁਣ ਸਾਡੇ ਲਈ। ਹੁਣ ਇੱਕ ਸਭ ਤੋਂ ਪਿੰਕੇ ਬਾਈ ਇੱਕ ਹੋਰ ਗੱਲ ਆ ਜੋ ਆਪਾਂ ਤੁਰਕੇ ਗੱਲ ਕਰਦੇ ਆ, ਹਾਂਜੀ ਬਾਈ, ਜਿਹੜੀ ਮਤਲਬ ਨੌਜਵਾਨ ਇੰਨੇ ਇਕੱਠੇ ਹੋ ਰਹੇ ਆ, ਤੁਹਾਨੂੰ ਬਹੁਤ ਸਾਰੇ ਮੈਸੇਜ ਆ ਰਹੇ ਆ, ਸੁਨੇਹੇ ਤਾਂ ਮਤਲਬ ਜਿਵੇਂ ਅਸੀਂ ਤੁਹਾਡੀਆਂ ਇੰਟਰਵਿਊ ਪਹਿਲਾਂ ਕਰ ਗਈਆਂ, ਸਾਨੂੰ ਸੁਨੇਹੇ ਆਉਣ ਲੱਗ ਗਏ, ਤੁਹਾਨੂੰ ਤਾਂ ਬਹੁਤ ਜ਼ਿਆਦਾ ਆਉਂਦੇ ਹੋਣੇ, ਹੁਣ ਉਹਦੇ ਲਈ ਤੁਸੀਂ ਕੋਈ ਪਲਾਨ ਆਊਟ ਕਰ ਰਹੇ ਹੋ? ਮੈਂ ਇਹ ਸਵਾਲ ਤੁਹਾਨੂੰ ਉਦੋਂ ਪੋਡਕਾਸਟ 'ਚ ਵੀ ਕਰਿਆ ਸੀ ਵੀ ਕੋਈ ਇੱਥੇ ਮਤਲਬ ਵੱਡਾ ਅਖਾੜਾ ਬਣਾਉਣ ਦਾ ਗਰਾਊਂਡ, ਜਾਂ ਹਾਲਾਂਕਿ ਪਿੰਡ ਪਿੰਡ ਮੁੰਡੇ ਲੱਗੇ ਹੋਏ ਆ, ਜਾਂ ਉਹ ਤੁਹਾਡੇ ਕੋਈ ਗਰੁੱਪ ਉਹੋ ਜਿਹੇ ਬਣ ਗਏ ਨੇ ਵੀ ਜਿਹੜੇ ਆਪਦੇ ਤੌਰ 'ਤੇ ਕੰਮ ਕਰ ਰਹੇ ਨੇ? ਹਾਂਜੀ, ਦੇਖੋ ਬਾਈ, ਲੱਗੇ ਤਾਂ ਹੋਏ ਆ ਰਤਨ ਬਾਈ, ਅੱਗੇ ਅੱਗੇ ਜਿਵੇਂ ਜਿਵੇਂ ਬੱਚੇ ਵਧੀ ਜਾਂਦੇ ਨੇ, ਫਿਰ ਅੱਗੇ ਹੁਣ ਤੁਹਾਨੂੰ ਦੱਸਿਆ ਵੀ ਇੱਥੇ 3 ਕੋਚ ਰੱਖੇ ਹੋਏ ਆ ਜਿਹੜੇ ਲੋਕਾਟਰ ਕਰਦੇ ਤੇ ਨਿਆਣਿਆਂ ਨੂੰ ਦੇਖਦੇ ਆ ਵੀ ਕੋਈ ਨਿਆਣਾ ਇੱਧਰ ਉੱਧਰ ਨਾ ਚਲੇ ਜਾਵੇ, ਜਿੰਨਾ ਵੀ ਨਿਆਣੇ ਆਉਂਦੇ ਨੇ ਇਹਨਾਂ ਦਾ ਜਿਹੜਾ ਟਾਈਮ ਇੱਥੇ ਆ ਕੇ ਕਹਿ ਲਓ ਵੀ ਵਰਤੋਂ ਜਾਵੇ, ਯੂਟੀਲਾਈਜ਼ ਹੋਵੇ, ਇਹਨਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇ। ਬਾਕੀ ਜਿਵੇਂ ਜਿਵੇਂ ਇਹਨਾਂ ਦੀ ਸੰਖਿਆ ਵੱਧਦੀ ਜਾਊਗੀ, ਅੱਗੇ ਦੀ ਅੱਗੇ ਦੇਖ ਕੇ ਆਪਾਂ ਕਰੀ ਜਾਵਾਂਗੇ, ਪਰ ਮੇਰੇ ਮਨ 'ਚ ਬਾਈ ਇੱਕ ਡਰ ਆ ਹਮੇਸ਼ਾ ਤੋਂ ਹੀ। ਗੱਲ ਇਹ ਨਹੀਂ, ਮੈਂ ਬਹੁਤ ਨਿਆਣੇ ਘਰਾਂ 'ਚ ਹੋਰ ਕੱਢ ਸਕਦਾ, ਬਹੁਤ ਨੂੰ ਟ੍ਰੇਨਿੰਗ ਦੇ ਸਕਦਾ, ਪਰ ਮੈਨੂੰ ਡਰ ਲੱਗਦਾ ਵੀ ਇਹ ਗੇਮਾਂ 'ਚ ਕਿਤੇ ਵੀ ਪੈ ਕੇ ਨਿਆਣੇ ਖਰਾਬ ਨਾ ਹੋਣ। ਮੈਂ ਪਾਪਾ ਦਾ ਬਈ ਭਾਗੀ ਨਹੀਂ ਬਣਨਾ ਚਾਹੁੰਦਾ, ਮੈਂ ਇੱਥੇ ਐਡੀ ਚੀਜ਼ ਬਣਾ ਸਕਦਾ ਵੀ ਮੇਰੇ ਕੋਲ ਇੰਨਾ ਕੁ ਮੈਂ ਵੀ, ਜਿਵੇਂ ਹੁਣ ਤੁਸੀਂ ਕਿਹਾ ਨਾ ਵੀ ਤੁਸੀਂ 4:30 ਵਜੇ ਘਰੋਂ ਤੁਰੇ ਹੋਵੋਗੇ ਉੱਠ ਕੇ ਕੰਮ ਲਈ, ਕਿਉਂਕਿ ਤੁਸੀਂ ਅੱਜ ਇੱਥੇ ਪਹੁੰਚੇ, ਤੁਸੀਂ ਸਾਰਾ ਦਿਨ ਮਿਹਨਤ ਕਰਨੀ ਹੈ। ਮੈਂ ਵੀ ਇਹ ਚੀਜ਼ ਲਈ ਬਾਈ ਐਵੇਂ ਤਿਆਰ ਹਾਂ, ਘਰੋਂ 2 ਵਜੇ ਉੱਠ ਕੇ 1 ਵਜੇ ਉੱਠ ਕੇ ਪਿੰਡਾਂ ਜਾ ਕੇ ਨਿਆਣਿਆਂ ਨੂੰ ਤਿਆਰ ਕਰਨ ਲਈ ਤਿਆਰ ਹਾਂ, ਪਰ ਮੈਂ ਇਹ ਨਹੀਂ ਕਹਿੰਦਾ ਵੀ ਕੱਲ ਨੂੰ ਜਾਂ ਨਿਆਣਾ ਉੱਠ ਕੇ ਕਿਸੇ ਗਈ ਗੇਮ ਦਾ ਸ਼ੌਂਕ ਪੈ ਜਾਵੇ ਕਿ ਨਿਆਣਾ ਜਾ ਕੇ ਖਰਾਬ ਹੋ ਜਾਵੇ। ਬਾਈ ਕੰਮ ਜਿੱਡਾ ਮਰਜ਼ੀ ਕਰਾ ਲਓ, ਹਲੇ ਵੀ ਮੈਂ ਇਹਨਾਂ ਨੂੰ ਕਿਸੇ ਗੇਮ ਦੀ ਕੋਚਿੰਗ ਕਦੇ ਨਹੀਂ ਦਿੰਦਾ ਨਾ, ਮੈਂ ਇਹਨਾਂ ਨੂੰ ਬਸ ਮੈਂਟਲੀ ਪ੍ਰਿਪੇਅਰ ਕਰਦਾ ਵੀ ਪੁੱਤ ਨਸ਼ਿਆਂ ਤੋਂ ਬਚ ਜਾਓ, ਕੋਈ ਮਾੜੀ ਚੀਜ਼ ਨਹੀਂ ਕਰਨੀ, ਸਬਰ ਕਰਿਓ। ਮੈਂ ਕਹਿੰਦਾ ਵੀ ਜੇ ਟੀਕਾ ਲਾਉਣਾ ਇਹਨਾਂ ਨੂੰ, ਕਹਿੰਦਾ ਹੁੰਦਾ ਬਈ ਜੇ ਸਰੀਰ ਬਣਾਉਣਾ ਇੱਕ ਤੁਹਾਨੂੰ ਸਭ ਤੋਂ ਵਧੀਆ ਟੀਕਾ ਦੱਸਦਾ, ਉਹ ਟੀਕਾ ਹੈਗਾ ਸਬਰ ਦਾ, ਦਿਮਾਗ 'ਚ ਸਬਰ ਦਾ ਟੀਕਾ ਲਾਇਓ, ਤੁਸੀਂ ਤਕੜੇ ਹੋ ਜਾਓਗੇ। ਤੇ ਇਹ ਚੀਜ਼ ਤੋਂ ਮੈਂ ਡਰਦਾ, ਬਸ ਇਹਨਾਂ ਨੂੰ ਮੈਂ ਇੱਕ ਮੈਂਟਲੀ ਪ੍ਰਿਪੇਅਰ ਕਰਦਾ, ਇੱਕ ਬਾਡੀ ਲਈ ਬਸ ਚੰਗੀਆਂ ਚੀਜ਼ਾਂ ਸਿਖਾਉਂਦੇ ਆ। ਬਾਕੀ ਮੈਂ ਕਿਸੇ ਗੇਮ ਲਈ ਬਾਈ ਬੱਚੇ ਨੂੰ ਕੋਈ ਟ੍ਰੇਨਿੰਗ ਦੇ ਕੇ ਖੁਸ਼ ਨਹੀਂ, ਉਵੇਂ ਨਹੀਂ ਕਰਦਾ। ਲੋਕਾਂ ਨੇ ਕੁੜੀਆਂ ਤੱਕ ਨਹੀਂ ਬਾਈ ਬਖਸ਼ੀਆਂ, ਤੁਹਾਨੂੰ ਦੱਸ ਕੇ ਹਟਿਆ ਵੀ ਮੈਂ ਜੂਸ ਵਾਲੀ ਰੇਹੜੀ ਤੇ ਰੇਹੜੀ ਕਾਹਨੂੰ ਸੀ, ਫਰੂਟਾਂ ਵਾਲੀ ਦੁਕਾਨ ਤੇ ਕਹਿ ਲਓ ਵੀ ਖੜਾ ਸੀ, ਕੁੜੀਆਂ ਦੇਖ ਕੇ ਮੈਨੂੰ ਸਕੂਟੀ ਮੋੜਦੀ, ਕਹਿੰਦੀ ਵੀਰ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਤੁਹਾਡੀ ਅਕਸਰ ਵੀਡੀਓ ਦੇਖਦੀ ਰਹਿੰਦੀ ਆ ਕਿ ਮੈਨੂੰ ਗੇਮ ਦਾ ਭਾਅ ਨਹੀਂ ਲੈਣਾ, ਕਿਉਂਕਿ ਜਿਹੜੀ ਗੇਮ ਦਾ ਨਾਂ ਲੈਂਦੇ ਆ ਫਿਰ ਉਹੀ ਬੰਦੇ ਮੇਰੇ ਦਾਲੇ ਹੋ ਜਾਂਦੇ ਆ ਬਾਈ, ਉਹ ਚੀਜ਼ ਮੈਂ ਚਾਹੁੰਦਾ ਨਹੀਂ। ਮੈਂ ਸਿਰਫ ਇੱਕ ਚੀਜ਼ ਕਰਨੀ ਚਾਹੁੰਦਾ, ਮੈਂ ਬੱਚਿਆਂ ਦੇ ਨਾਲ ਰਹਿਣਾ ਚਾਹੁੰਦਾ, ਮੇਰਾ ਇਹੀ ਟਾਰਗੇਟ ਆ, ਕਿਸੇ ਕੰਟਰੋਵਰਸੀ ਆਪਾਂ ਪੈਣਾ ਨਹੀਂ ਚਾਹੁੰਦੇ, ਪਰ ਮੈਂ ਹਮੇਸ਼ਾ ਸਾਰਿਆਂ ਦਾ ਭਲਾ ਚਾਹੁੰਦਾ, ਕਿਸੇ ਨੂੰ ਅੱਜ ਗੱਲ ਬੁਰੀ ਲੱਗੇ ਚਾਹੇ ਚੰਗੀ ਲੱਗੇ, ਪਰ ਮੈਂ ਤੁਸੀਂ ਕਹਿ ਲਓ ਵੀ ਪਿੰਕਾ ਲੱਖ ਬੋਲਦਾ, ਪਰ ਮੈਂ ਹਮੇਸ਼ਾ ਤੁਹਾਡੇ ਭਲੇ ਲਈ ਕਹਿੰਦਾ। ਅੱਜ ਤੁਹਾਨੂੰ ਮੇਰੀਆਂ ਗੱਲਾਂ ਬੁਰੀਆਂ ਲੱਗਦੀਆਂ ਨੇ, ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ ਫਿਰ ਉਹ ਰਿਟਾਇਰ ਹੋਏ ਨੂੰ ਪੁੱਛੋ ਵੀ ਗੱਲਾਂ ਪਿੰਕੇ ਦੀਆਂ ਸਹੀ ਲੱਗਦੀਆਂ ਜਾਂ ਨਹੀਂ, ਹਨਾ। ਉਹ ਕੁੜੀ ਕਹਿੰਦੀ ਮੈਨੂੰ ਕੋਚ ਨੇ ਸਟੀਰੋਇਡ ਕਰਾਤੀ, ਜਿਹੜੇ ਮੇਲ ਹਾਰਮੋਨ ਦਾ ਟੈਸਟੋਸਟੀਰੋਨ, ਉਹਦੇ ਇੰਨਾ ਕੁੜੀ ਦੇ ਚਾੜਤਾ, ਪਹਿਲਾਂ ਤਾਂ ਉਹਦੇ ਦਾੜੀ ਆ ਗਈ ਕਿਉਂਕਿ ਮੇਲ ਹਾਰਮੋਨ ਆ, ਠੀਕ ਆ। ਉਹ ਤੋਂ ਬਾਅਦ 'ਚ ਉਹ ਕਹਿੰਦੀ ਥੋੜ੍ਹਾ ਚਿਰ ਮੇਰੀ ਅਥਲੈਟਿਕ ਪਰਫੋਰਮੈਂਸ ਵਧੀ, ਉਹ ਤੋਂ ਬਾਅਦ ਕਹਿੰਦੀ ਮੈਂ ਇੰਨਾ ਬੈਡਲੀ ਗਿਰੀ ਤੇ ਡਿਪਰੈਸ਼ਨ, ਐਂਗਜ਼ਾਇਟੀ ਤੇ ਸਾਰੀ ਓਵਰਆਲ ਉਹ ਕੁੜੀ ਕਹਿੰਦੀ ਮੇਰੀ ਬਾਡੀ ਇਸ ਟਾਈਮ ਖਰਾਬ ਹੋ ਚੁੱਕੀ ਆ, ਸਾਰਾ ਦਿਨ ਕਹਿੰਦੀ ਵੀ ਮੈਂ ਦਵਾਈਆਂ 'ਤੇ ਮੇਰਾ ਟਾਈਮ ਚੱਲਦਾ, ਕਿਉਂਕਿ ਬਾਡੀ ਪਰਮਾਤਮਾ ਨੇ ਇੰਨੇ ਕੁ ਜ਼ਿਆਦਾ ਇਹਨਾਂ ਨੂੰ ਅਨਪੜ੍ਹ ਬੰਦਿਆਂ ਨੂੰ ਜਿਹੜੇ ਇਹ ਲੱਗ ਜਾਂਦੇ ਚੱਕ ਕੇ ਸਰਿੰਜਾਂ ਬਾਈ ਠੋਕਣਾ, ਇਹਨਾਂ ਨੂੰ ਨਹੀਂ ਪਤਾ ਕਿ ਬਾਡੀ ਇਹ ਕਿੰਨੀ ਸਮਾਰਟ ਆ, ਇਹਨੂੰ ਹਰ ਇੱਕ ਬਾਹਰੋਂ ਆਉਂਦਾ ਵਾਇਰਸ ਤੱਕ ਵੀ ਇਹਨੂੰ ਪਤਾ ਵੀ ਬਾਡੀ ਦੇ ਨਾਲ ਇੱਥੋਂ ਕਿਹੜਾ ਵਾਇਰਸ ਨਿਕਲ ਰਿਹਾ, ਜਿਹੜੀ ਅੰਦਰ ਚੀਜ਼ ਚਲੀ ਗਈ ਉਹ ਤਾਂ ਬਹੁਤ ਦੂਰ ਦੀ ਗੱਲ ਆ, ਇਹ ਹਰ ਇੱਕ ਚੀਜ਼ ਦਾ ਇਹਨੂੰ ਪਤਾ ਵੀ ਕਿਹੜੀ ਚੀਜ਼ ਬਾਹਰੋਂ ਅੰਦਰ ਐਂਟਰ ਕਰ ਰਹੀ ਆ ਤੇ ਕਿਹੜੀ ਚੀਜ਼ ਬਾਹਰ ਜਾ ਰਹੀ ਆ, ਹਰ ਇੱਕ
ਟੈਂਪਰੇਚਰ ਨੂੰ ਦੇਖਿਆ ਆਪਾਂ ਖੜੇ ਹਾਂ ਮੱਥੇ ਤੇ ਗਰਮੀ ਹੋਣ ਲੱਗ ਗਈ, ਇਹਨੂੰ ਸਾਰਾ ਪਤਾ ਵੀ ਆਊਟਸਾਈਡ ਟੈਂਪਰੇਚਰ ਕੀ ਆ ਤੇ ਅੰਦਰ ਕੀ ਚੱਲ ਰਿਹਾ, ਇਹਨੇ ਹਰ ਇੱਕ ਚੀਜ਼ ਪਰਮਾਤਮਾ ਨੇ ਦੇਖ ਕੇ ਤਰੀਕੇ ਨਾਲ ਇਹਦੇ 'ਚ ਵਾੜੀ ਹੋਈ ਆ। ਜਿਹੜੇ ਸਟੀਰੋਇਡਸ ਨੇ ਇਹ ਕੰਡੀਸ਼ਨਲ ਚੀਜ਼ਾਂ ਨੇ ਬਾਈ, ਕੰਡੀਸ਼ਨਲ ਸਮਝਦੇ ਹੋ ਵੀ ਇਹ ਡਾਕਟਰਾਂ ਨੇ ਉਦੋਂ ਬਣਾਈਆਂ ਸੀ, ਕੋਈ ਬੱਚਾ ਜਿਹਦੇ ਟੈਸਟੋਸਟੀਰੋਨ ਨੈਚੁਰਲੀ ਗੇਨ ਨਹੀਂ ਹੁੰਦੇ, ਗਰੋਥ ਹਾਰਮੋਨ ਜਿਹਦੀ ਬੋਡੀ ਬੱਚਾ ਛੋਟਾ ਰਹਿ ਰਿਹਾ ਗਰੋ ਨਹੀਂ ਹੋ ਰਿਹਾ, ਉਦੋਂ ਡਾਕਟਰਾਂ ਨੇ ਕੰਡੀਸ਼ਨਲੀ ਇਹ ਚੀਜ਼ਾਂ ਮੈਡੀਕਲ 'ਚ ਯੂਜ਼ ਕਰਨ ਲਈ ਬਣਾਈਆਂ ਸੀ। ਪਰ ਲੂਜ਼ਰ ਬੰਦਿਆਂ ਨੇ ਇਹਨਾਂ ਨੂੰ ਆਪਣੀਆਂ ਬੋਡੀਆਂ ਤਕੜੀਆਂ ਕਰਨ ਲਈ ਬਣਾ ਲਿਆ, ਜਿਹੜੇ ਮਿਹਨਤ ਤੋਂ ਭੱਜਦੇ ਨੇ, ਜਿਹਨਾਂ ਨੇ ਆਪਣੀ ਜ਼ਿੰਦਗੀ ਦਾ ਖਰਾਬ ਕੀਤਾ ਬਈ, ਨਾਲ ਦੂਜੇ ਨੇ ਬਹੁਤ ਕਰਤੀ। ਮੈਂ ਕੋਚ ਸਾਹਿਬ ਨੂੰ ਜ਼ਰੂਰ ਆਪਾਂ ਆਵਾਜ਼ ਮਾਰ ਲਈਏ। ਹਾਂਜੀ ਸਰ ਜੀ, ਮਾੜਾ ਆਇਓ। ਇੱਕ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ, ਜਦੋਂ ਮੈਂ ਤੁਹਾਡਾ ਇਹ ਵੀਡੀਓ ਦੇਖਿਆ ਸੀ, ਉਹ ਬਾਈ ਜੀ ਦੇ ਨਾਲ ਸੀਗਾ ਜਿਹੜੇ ਮਤਲਬ ਸਾਬਕਾ ਫੌਜੀ ਭਰਾ ਨੇ। ਹਾਂਜੀ ਹਾਂਜੀ, ਇਹਦਾ ਮਤਲਬ ਬਹੁਤ ਬਾਈ। ਆਜੋ ਬਾਈ, ਆਜੋ ਬਾਈ। ਹਾਂਜੀ ਜੀ, ਤੁਹਾਡਾ ਸ਼ੁਭ ਨਾਮ ਜੀ? ਅਮਰਜੀਤ ਸਿੰਘ। ਅਮਰਜੀਤ ਸਿੰਘ, ਜਰਗ ਪਿੰਡ ਦੀ ਹੋ ਤੁਸੀਂ? ਹਾਂਜੀ ਸਰ। ਕਿਵੇਂ ਲੱਗ ਰਿਹਾ ਨੌਜਵਾਨਾਂ ਨੂੰ ਦੇਖ? ਬਹੁਤ ਵਧੀਆ ਜੀ, ਜੋ ਇਹ ਪਿੰਕੇ ਵੀਰ ਨੇ ਲਹਿਰ ਸ਼ੁਰੂ ਕਰੀ ਆ, ਇਹਦਾ ਜਿਹੜਾ ਇਫੈਕਟ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਦੇਖਾਂਗੇ, ਹਾਂ ਬਹੁਤ ਹੀ ਵਧੀਆ ਹੋਊਗਾ। ਸ਼ੁਰੂ ਕਰਨ ਲਈ ਬਹੁਤ ਫੋਰਸ ਨਾ ਕਰਨਾ ਪੈਂਦਾ, ਉਹ ਇਹਨਾਂ ਨੇ ਕੀਤਾ, ਬਾਅਦ ਚ ਤਾਂ ਬਹੁਤ ਜੁੜ ਜਾਣੇ ਨੇ ਤੇ ਬਹੁਤ ਵੱਡੀ ਲਹਿਰ ਹੋ ਜਾਣੀ ਆ। ਪਰਮਾਤਮਾ ਦੀ ਕਿਰਪਾ ਦੇ ਨਾਲ ਸਭ ਕੁਛ ਬਹੁਤ ਵਧੀਆ, ਅਸੀਂ ਦਿਲੋਂ ਖੁਸ਼ ਹਾਂ ਵੀ ਸਾਡੇ ਪਿੰਡ ਦੇ ਵਿੱਚ ਐਡਾ ਵੱਡਾ ਸਟਾਰ ਤੇ ਸਾਨੂੰ ਸੇਧ ਦੇਣ ਵਾਲਾ ਸਭ ਤੋਂ ਵੱਧ ਐਕਸਪੀਰੀਅੰਸ ਵਾਲਾ ਬੰਦਾ ਹੈਗਾ, ਸਾਨੂੰ ਵੀ ਸਿੱਖਣ ਨੂੰ ਮਿਲਦਾ ਇਹਨਾਂ ਤੋਂ। ਬੇਸ਼ੱਕ ਅਸੀਂ ਫੌਜ ਦੇ ਵਿੱਚ ਨੌਕਰੀ ਕਰਕੇ ਆਏ ਹਾਂ, ਸਾਡਾ ਐਕਸਪੀਰੀਅੰਸ ਕੁਛ ਹੋਰ ਆ, ਪਰ ਸਿਹਤ ਪ੍ਰਤੀ ਆਪਦੇ ਆਪ ਨੂੰ ਫਿੱਟ ਕਿਵੇਂ ਰੱਖਣਾ, ਜਵਾਨ ਕਿਵੇਂ ਰਹਿਣਾ, ਉਹ ਇਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਿਆ ਤੇ ਅਸੀਂ ਆਪਦੀ ਐਕਸਰਸਾਈਜ਼ ਵੀ ਕਰਦੇ ਹਾਂ, ਇਹਨਾਂ ਨੂੰ ਕਰਾਉਣੇ ਵੀ ਆ ਤੇ ਇਹਨਾਂ ਤੋਂ ਸਿੱਖਦੇ ਹਾਂ। ਬਹੁਤ ਵਧੀਆ ਜ਼ਿੰਦਗੀ ਤੇ ਸਾਨੂੰ ਰਾਹ ਤੇ ਲੈ ਚੱਲੇ ਨੇ ਇਹ, ਅਸੀਂ ਇਹਨਾਂ ਦੇ ਨਾਲ ਆ, ਜਿਵੇਂ ਜਿਵੇਂ ਕਹਿਣਗੇ ਅਸੀਂ ਉਵੇਂ ਉਵੇਂ ਕਰਾਂਗੇ। ਤੁਹਾਡੇ ਮੈਂ ਇੱਕ ਮਾਫੀ ਚਾਹੂੰਗਾ, ਤੁਹਾਡੇ ਤਾਂ ਦੋਨੇ ਹੱਥ ਲੱਡੂ ਆ, ਨਾਲੇ ਤੁਹਾਡੀ ਆਪਦੀ ਸਿਹਤ ਨਾਲੇ ਭਵਿੱਖ ਦੀ। ਇਹਨਾਂ ਦੇ ਥਰੂ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਬਾਈ ਕੋਲ ਮੈਂ ਗਿਆ ਨਹੀਂ, ਠੀਕ ਆ, ਤੇ ਵੀ ਬਾਈ ਨੂੰ ਜਾ ਕੇ ਇਨਵਾਈਟ ਨਹੀਂ ਸੀ ਕੀਤਾ ਕਿ ਬਾਈ ਆਇਆ ਕਰੋ, ਬਾਈ ਨੇ ਆਪ ਚੱਲ ਕੇ ਆ ਕੇ, ਮੈਂ ਉੱਧਰ ਗਿਆ ਸੀ ਐਕਸਰਸਾਈਜ਼ ਕਰਨ, ਪਿੱਛੋਂ ਆ ਕੇ ਮੈਂ ਦੇਖਿਆ ਤੇ ਬਾਈ ਨੇ ਪੂਰੇ ਮੁੰਡੇ ਲਾਈਨ ਚ ਲਾ ਕੇ ਐਕਸਰਸਾਈਜ਼ ਕਰਾ ਰਹੀ ਸੀ। ਇਹ ਹੁੰਦੀ ਇੱਕ ਵਧੀਆ ਇਨਸਾਨ ਦੀ ਕਹਿ ਲਓ ਵੀ ਗੱਲਬਾਤ, ਵੀ ਬਾਈ ਨੇ ਆ ਕੇ ਆਪਣਾ ਯੋਗਦਾਨ ਪਾਇਆ, ਅਸੀਂ ਨਹੀਂ ਵੱਡੇ ਹੋਏ ਨਾਲ ਬਾਈ ਵੱਡਾ ਹੋ ਗਿਆ, ਇਹ ਜਿਹੜਾ ਯੋਗਦਾਨ ਲਹਿਰ ਚ ਬਾਈ ਦਾ ਵੀ ਪੈ ਗਿਆ। ਤੇ ਮੈਂ ਉਹੀ ਕਹਿਣਾ ਵੀ ਪਿੰਡਾਂ ਦੇ ਵਿੱਚ ਜਿੰਨੇ ਵੀ ਬੰਦੇ ਹੈਗੇ ਨੇ ਚੰਗੀ ਸਮਝ ਵਾਲੇ, ਉਹਨਾਂ ਨੂੰ ਬਾਈ ਵਾਂਗ ਨਿਕਲਣਾ ਚਾਹੀਦਾ। ਬਾਈ ਨੇ ਕਦੇ ਨਹੀਂ, ਬਾਈ ਨੇ ਉਹ ਚੀਜ਼ ਨਹੀਂ ਰੱਖੀ ਵੀ ਯਾਰ ਅਸੀਂ ਕੀ ਲੈਣਾ, ਬਾਈ ਫਾਈਨੈਂਸ਼ੀਅਲੀ ਬਹੁਤ ਵਧੀਆ ਨੇ, ਘਰੋਂ ਬਾਹਰੋਂ ਬਾਈ ਬਹੁਤ ਵਧੀਆ ਨੇ, ਆ ਪੂਰਾ ਮਹਾਰਾਜ ਦੀ ਬਾਈ ਤੇ ਮਿਹਰ ਆ। ਪਰ ਇਹ ਚੀਜ਼ ਨਹੀਂ ਬਾਈ ਨੇ ਕਹੀ ਵੀ ਯਾਰ ਮੈਂ ਕੀ ਲੈਣਾ, ਮੈਨੂੰ ਕਿਹੜਾ ਕਿਹਾ ਪਿੰਕੇ ਉਹਨਾਂ ਨੇ, ਬਾਈ ਨੇ ਆਪਣਾ ਫਰਜ਼ ਬਾਈ ਖੁਦ ਆ ਕੇ ਨਿਭਾਇਆ। ਸਾਰਿਆਂ ਨੂੰ ਹੋਣਾ ਚਾਹੀਦਾ, ਸਾਰਿਆਂ ਨੂੰ ਐਂ ਹੋਣਾ ਚਾਹੀਦਾ, ਬਾਈ ਨੇ ਜਿੰਨਾ ਫੌਜ ਦਾ ਸਾਰਾ ਐਕਸਪੀਰੀਅੰਸ ਆ ਜਵਾਕਾਂ ਨਾਲ ਸ਼ੇਅਰ ਕੀਤਾ, ਜਵਾਕਾਂ ਨੇ ਬਾਈ ਨੇ ਕੀ ਲੈਣਾ, ਠੀਕ ਆ। ਹੁਣ ਪਰ ਬਾਈ ਆਪ ਵੀ ਬਾਈ ਫਿੱਟ ਹੋ ਗਏ ਤੇ ਨਾਲ ਇਹਨਾਂ ਨੂੰ ਮੋਟੀਵੇਸ਼ਨ ਰਹਿੰਦੀ ਆ, ਬਾਕੀ ਜਵਾਕ ਬਹੁਤ ਸਿੱਖ ਰਹੇ ਆ ਤੇ ਫਰਜ਼ ਬਾਈ ਨੇ ਆਪਣਾ ਨਿਭਾਇਆ। ਇਦਾਂ ਹੀ ਹਰ ਇੱਕ ਬੰਦੇ ਨੂੰ ਆਪਣੀ ਮੈਂ ਛੱਡ ਕੇ ਬਾਈ ਮੂਹਰੇ ਆਉਣਾ ਚਾਹੀਦਾ। ਇੱਕ ਫੌਜੀ ਸਾਹਿਬ ਮੈਂ ਇਹ ਵੀ ਪੁੱਛਣਾ ਚਾਹੂੰਗਾ, ਜਿਵੇਂ ਖਾਸ ਤੌਰ ਦੇ ਉੱਤੇ ਇੱਕ ਫੌਜ 'ਚ ਗੱਲ ਹੁੰਦੀ ਹੈ ਵੀ ਮੈਂਟਲ ਲੈਵਲ ਤੇ ਕਾਉਂਸਲਿੰਗ ਵਾਲਾ, ਉਹ ਵੀ ਫਿਰ ਬੱਚਿਆਂ ਨੂੰ ਤੁਸੀਂ ਕਾਉਂਸਲ ਕਰਦੇ ਹੋ? ਹਾਂਜੀ, ਕਾਉਂਸਲਿੰਗ ਦਾ ਜਿਹੜਾ ਮੇਨ ਆ ਉਹ ਤਾਂ ਪਿੰਕਾ ਸਰ ਹੀ ਕਰਦੇ ਨੇ, ਅਸੀਂ ਇਹਨਾਂ ਤੋਂ ਸਿੱਖ ਕੇ ਜਿੰਨਾ ਕੁ ਸਾਨੂੰ ਨੌਲੇਜ ਆ। ਹਾਂ ਦੇਖੋ, ਅਸੀਂ ਕੋਈ ਟੀਚਿੰਗ ਲਾਈਨ 'ਚ ਨਹੀਂ ਸੀਗੇ ਜੀ, ਫੌਜ ਦੇ ਵਿੱਚ ਅਸੀਂ ਐਜ਼ ਏ ਇੱਕ ਸੋਲਜਰ ਸੀ। ਜੋ ਸਾਡਾ ਸੋਲਜਰ ਵਾਲਾ ਐਕਸਪੀਰੀਅੰਸ ਆ, ਜਾਂ ਅਸੀਂ ਆਪਦੇ ਆਪ ਨੂੰ ਕਿਵੇਂ ਫਿੱਟ ਰੱਖਣਾ, ਦੁਸ਼ਮਣ ਨਾਲ ਕਿਵੇਂ ਲੜਨਾ, ਆਪਦੇ ਆਪ ਨੂੰ ਥੱਕੇ ਹੋਏ ਵੀ ਐਕਸਰਸਾਈਜ਼ ਦੀ ਹਿੰਮਤ ਕਿੱਥੋਂ ਲੈ ਕੇ ਆਉਣੀ ਆ, ਉਹ ਅਸੀਂ ਦਿੰਦੇ ਹਾਂ। ਜਿਹੜੀ ਚੀਜ਼ ਦੇ ਵਿੱਚ ਸਾਨੂੰ ਕੋਈ ਡਾਊਟ ਹੁੰਦਾ ਅਸੀਂ ਇਹਨਾਂ ਨਾਲ ਕਲੀਅਰ ਕਰਕੇ ਤੇ ਇਹਨਾਂ ਨੂੰ ਦੇਖ ਲੈਂਦੇ ਹਾਂ ਐਕਸਰਸਾਈਜ਼ ਕਰਦਿਆਂ ਨੂੰ, ਉੱਥੋਂ ਸਿੱਖ ਲਈਦਾ ਤੇ ਫਿਰ ਉਹ ਅੱਗੇ ਆਪਾਂ ਫਾਰਵਰਡ ਕਰਦੇ। ਤੇ ਜਿਹੜੇ ਉਹ ਬਾਈ ਨੇ ਉਹ ਵੀ ਫੌਜ ਤੋਂ? ਹਾਂਜੀ, ਉਹ ਵੀ ਫੌਜ, ਉਹਨਾਂ ਨੂੰ ਵੀ ਬੁਲਾ ਲਈਏ। ਹਾਂਜੀ ਹਾਂਜੀ, ਜੋਨੇ ਵੀਰੇ ਮੜਾ ਆਇਓ।
ਤੇ ਇਹ ਖਾਸ ਤੌਰ ਤੇ ਜਿਹੜੇ ਭਰਾ ਆਏ ਨੇ ਸਵੈਚਾ ਨਾਲ ਆਪਣੇ ਆਪ ਬਾਈ ਆਪਣੇ ਆਪ, ਇਹ ਤਾਂ ਮੈਂ ਕਹਿੰਦਾ ਵੀ ਇਹਨਾਂ ਦਾ ਰੂਹ ਖੁਸ਼ ਹੋ ਜਾਂਦੀ ਨਾ ਦਰਸ਼ਨ ਕਰਕੇ ਬਾਈ, ਹੋਰ ਸਾਨੂੰ ਕੀ ਚਾਹੀਦਾ, ਇਹਨਾਂ ਨੇ ਤਾਂ ਆ ਕੇ ਭਾਰ ਹੀ ਘਟਾ ਦਿੱਤਾ ਮੋਢੇ ਤੋਂ। ਤੁਹਾਡਾ ਸ਼ੁਭ ਨਾਮ ਜੀ? ਮੈਂ ਨਵਦੀਪ ਸਿੰਘ। ਨਵਦੀਪ ਸਿੰਘ, ਤੁਹਾਡਾ ਪਿੰਡ ਵੀ ਜਰਗਾ? ਹਾਂ, ਤੁਹਾਡੇ ਦਾ ਮਤਲਬ ਪਿੰਡ ਚ ਹੀ ਸਵਰਗ ਬਾਈ। ਮੈਂ ਕਹਿੰਦਾ ਵੀ ਰੂਹ ਖੁਸ਼ ਹੋ ਜਾਂਦੀ ਆ ਬਾਈ ਹੁਣ ਦੇਖ ਕੇ। ਹਾਂ, ਤੁਸੀਂ ਕੀ ਕਹਿਣਾ ਚਾਹੋਗੇ, ਕਿਵੇਂ ਲੱਗ ਰਿਹਾ ਮਾਹੌਲ? ਮਤਲਬ ਜਿਹੜਾ ਦੇਸ ਬੰਦੇ ਬੱਚੇ ਦਾ ਹੁੰਦਾ ਨਾ, ਬੇਸ ਵਧੀਆ ਬਣ ਜਾਏ, ਆਪਾਂ ਕਹਿੰਦੇ ਘਰ 'ਚ ਨੀਂਹ ਵਧੀਆ ਬਣਾ ਦਈਏ, ਬੇਸ ਵਧੀਆ ਬਣਾ ਦੇ ਹੁਣ ਨਾ, ਬੇਸ ਵਧੀਆ ਬਣ ਗਿਆ ਤਾਂ ਲਾਸਟ ਤੱਕ ਇਹ ਆਪਦੇ ਸਰੀਰ ਪਰ ਨਹੀਂ ਧਿਆਨ ਰੱਖਣਗੇ, ਆਪਦੇ ਸਰੀਰ ਨਾਲ ਜੁੜੇ ਰਹਿਣਗੇ। ਤੇ ਇੱਕ ਹੋਰ ਸਵਾਲ ਆ ਤੁਹਾਨੂੰ, ਜਿਹੜੇ ਤੁਹਾਡੇ ਨਾਲ ਦੇ ਸਾਥੀ ਜਿੰਨੇ ਸਾਬਕਾ ਜਿਹੜੇ ਰਿਟਾਇਰ ਹੋਏ ਗਾ, ਉਹਨਾਂ ਦੇ ਫੋਨ ਫਾਨ ਆਉਣ ਲੱਗ ਗਏ ਵੀ ਆ ਤਾਂ ਤੁਸੀਂ ਬਹੁਤ ਵਧੀਆ ਸਾਨੂੰ? ਫੌਜੀ ਨੇ ਆਉਂਦੇ, ਬਾਕੀ ਹੋਰ ਜਿਹੜੇ ਆਪਣੇ ਲਿੰਕ 'ਚ ਫਰੈਂਡ ਸਰਕਲ 'ਚ ਨੇ, ਹਾਂ ਉਹ ਵੀ ਪੂਰਾ ਐਪਰੀਸ਼ੀਏਟ ਕਰਦੇ ਆ, ਬਹੁਤ ਵਧੀਆ ਕੰਮ ਕਰਦੇ। ਤੇ ਹੋਰ ਪਿੰਡਾਂ 'ਚ ਵੀ ਚੱਲਿਆ ਇਹ ਫਿਰ ਕੰਮ ਪੂਰਾ? ਹਾਂਜੀ 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 ਚੱਲਦਾ ਬਿਲਕੁਲ। ਕੀ ਲੱਗਦਾ ਹੁਣ ਪੰਜਾਬ, ਪੰਜਾਬ ਸਿਉਣੇ ਦੀ ਚਿੜੀ ਹੈਗਾ ਹੀ ਆ ਵੈਸੇ ਤਾਂ, ਉਹ ਤਾਂ ਸਾਡੀਆਂ ਅੱਖਾਂ ਤੇ ਹੀ ਪਰਦਾ, ਜਿਹੜਾ ਕੋਈ ਨਾ ਹਰੇਕ ਕਿਸੇ ਚੀਜ਼ ਨੂੰ ਕਰਨ ਲਈ ਥੋੜਾ ਕਿਸੇ ਅੱਗੇ ਆਉਣਾ ਪੈਂਦਾ। ਹਾਂ, ਜਿਵੇਂ ਹੁਣ ਕੋਈ ਆ ਗਿਆ, ਪਿੰਕ ਆ ਗਿਆ, ਵੀ ਕੋਈ ਚੀਜ਼ ਨੂੰ ਕੀਤਾ ਵਰਲਡ ਵਾਈਡ ਫੇਮਸ ਕਰਤਾ। ਬੱਚੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਅੱਜ ਕੱਲ੍ਹ ਹਰੇਕ ਬੰਦਾ ਸੋਸ਼ਲ ਮੀਡੀਆ ਦੀ ਚੀਜ਼ ਦੇਖ ਕੇ, ਕੋਈ ਦੇਖੋ ਇਲੈਕਸ਼ਨ ਦੇਖ ਲਓ ਕਿਤੇ ਦੇਖ ਲਓ, ਸੋਸ਼ਲ ਮੀਡੀਆ ਨਾਲ ਚੱਲਦੇ ਆ, ਸੋਸ਼ਲ ਮੀਡੀਆ ਤੇ ਪੈ ਗਈ, ਕੁਛ ਬੱਚੇ ਸ਼ੌਂਕ ਨਾਲ ਹੀ ਨਾਲ ਇਸ ਚੀਜ਼ ਨਾਲ ਜੁੜ ਗਏ, ਨਾਲੇ ਉਹਨਾਂ ਦਾ ਸਰੀਰ ਫਿੱਟ ਹੋਊਗਾ, ਨਾਲੇ ਬਾਡੀ ਫਿੱਟ ਹੋਊ, ਨਾਲੇ ਘਰ ਦੇ ਖੁਸ਼, ਨਾਲੇ ਬਿਮਾਰੀਆਂ ਤੋਂ ਬਚੇ ਰਹਿਣਗੇ, ਨਾਲੇ ਨਸ਼ੇ ਤੋਂ ਬਚੇ ਰਹਿਣਗੇ, ਨਿਆਣੇ ਪੜ੍ਹਨਗੇ ਬਾਈ ਕਿੱਥੋਂ ਤੁਹਾਡੇ ਵੱਲ ਕੋਈ ਮਾੜੀ ਨਗਰ ਦੇਖ ਜੂਗਾ। ਜੋ ਬਾਈ ਤੁਸੀਂ ਕੁਛ ਕਹਿਣ ਲੱਗੇ ਸੀ, ਦੱਸੋ ਜੀ। ਮੈਂ ਕਹਿੰਦਾ ਉਹ ਨੀ ਗਾਣਾ ਆਪਣੇ ਸਰੀਰ ਲੱਗੀਆਂ ਖੁਰਾਕਾਂ ਕੰਮ ਆਉਣੀਆਂ, ਖੁਰਾਕ ਮਿਹਨਤ ਜੇ ਆਪਾਂ ਕਰਾਂਗੇ ਤਾਂ ਇਹ ਆਪਣੇ ਕਿਸੇ ਨੂੰ ਕੋਈ ਫਾਇਦਾ ਨਹੀਂ ਹੈਗਾ, ਪਿੰਕੇ ਨੂੰ ਫਾਇਦਾ ਕਿਸੇ ਕੁਛ ਕਰਕੇ, ਸਾਨੂੰ ਫਾਇਦਾ, ਮੈਂ ਕਰਦਾ ਮੇਰੇ ਆਪਦੇ ਸਰੀਰ ਲਈ ਕਰਦਾ, ਆਪਦੇ ਸਰੀਰ ਲਈ ਕਰਦਾ, ਬੱਚੇ ਕਰਦੇ ਆਪਦੇ ਸਰੀਰ ਕਰਦੇ, ਇਹ 'ਚ ਕੋਈ ਕੁਛ ਨਹੀਂ ਲੈ ਸਕਦਾ, ਹਰੇਕ ਬੰਦੇ ਨੇ ਆਪਦੇ ਆਪਦੀ ਮਿਹਨਤ ਕਰਨੀ ਆਪਦੇ ਲਈ, ਕਿਸੇ ਨੂੰ ਕੋਈ ਫਾਇਦਾ ਨਹੀਂ। ਪਰ ਤੁਹਾਡੇ ਲਈ ਇਹੀ ਵੱਡੀ ਗੱਲ ਆ ਵੀ ਤੁਸੀਂ ਰਾਹ ਦਿਖਾਉਣ ਵਾਲੇ ਬਣ ਗਏ, ਤੁਹਾਨੂੰ ਦੇਖ ਕੇ ਹੋਰ ਬਹੁਤ ਸਾਰਾ ਪੰਜਾਬ ਜਿਹੜਾ ਹੈਗਾ ਉਹ ਮਤਲਬ ਆਪਾਂ ਕਹਿ ਦਈਏ ਵੀ ਭੱਜ ਤੁਰਿਆ ਹੈਗਾ। ਪਿੰਕੇ, ਹੋਰ ਜਿਹੜਾ ਜਿਹੜਾ ਸਟੀਰੋਇਡ ਵਾਲਾ ਜਿਹੜਾ ਖਾਸ ਤੌਰ ਦੇ ਉੱਤੇ ਜਿਹੜੇ ਵਿਸ਼ੇ ਦੇ ਉੱਤੇ ਵਾਰ ਵਾਰ ਗੱਲ ਹੋਣੀ ਚਾਹੀਦੀ ਆ, ਉਹਦਾ ਤੁਹਾਨੂੰ ਕੀ ਲੱਗਦਾ ਹੈਗਾ ਵੀ ਕਿੰਨਾ ਕੁ ਫਰਕ ਆ ਸਟੀਰੋਇਡ ਦਾ? ਬਾਈ ਦੇਖੋ, ਸਟੀਰੋਇਡ ਇੱਦਾਂ ਹੁੰਦੀ ਆ ਵੀ ਇੱਕ ਵਾਰੀ ਜਦੋਂ ਕੋਈ ਬੰਦਾ ਸਟੀਰੋਇਡ ਕਰ ਲੈਂਦਾ ਉਹਦੀ ਪਰਫਾਰਮੈਂਸ ਵੱਧਦੀ ਆ, ਕਿਉਂਕਿ ਉਹਨੂੰ ਇਨਹੈਂਸਡ ਕਹਿੰਦੇ ਨੇ ਇੰਗਲਿਸ਼ 'ਚ, ਵੀ ਇਨਹੈਂਸਡ ਹੋ ਜਾਂਦਾ ਬੰਦਾ, ਪਰਫਾਰਮੈਂਸ ਵੱਧਦੀ ਆ ਪਰ ਲੰਬੇ ਸਮੇਂ ਲਈ ਨਹੀਂ। ਹੁਣ ਕਈ ਬੰਦੇ ਲੰਬਾ ਸਮਾਂ ਵੀ ਬਿਲਕੁਲ ਬੰਦਿਆਂ ਨੇ ਮੇਨਟੇਨ ਰੱਖੀ ਆ ਪਰਫਾਰਮੈਂਸ ਲੰਬਾ ਸਮਾਂ, ਸਟੀਰੋਇਡ ਕਰਕੇ ਬਹੁਤ ਅਥਲੀਟਾਂ ਨੇ ਆਪਣੀ ਪਰਫਾਰਮੈਂਸ ਲੰਬਾ ਸਮਾਂ ਖੇਡੀ ਆ, ਤੇ ਇਹ ਨਹੀਂ ਹੈਗਾ ਵੀ ਤੁਸੀਂ ਸਟੀਰੋਇਡ ਕਰਕੇ ਲੰਬਾ ਸਮਾਂ ਨਹੀਂ ਖੇਡ ਸਕਦੇ। ਹੁਣ ਜਿਹੜੇ ਬਾਡੀ ਬਿਲਡਿੰਗ 'ਚ ਉੱਧਰ ਉਨੀ ਕੋਲਮੈਨ ਹੋਣੀ, ਉਹਨਾਂ ਦੀ ਅੱਜ 52-53 ਸਾਲ ਦੀ ਉਮਰ ਹੋ ਗਈ, ਅੱਜ ਵੀ ਫਿੱਟ ਪਏ ਨੇ, ਕੋਈ ਏਦਾਂ ਦੀ ਉਹਨੂੰ ਦਿੱਕਤ ਨਹੀਂ, ਨਾਲੇ ਉਹਨਾਂ 'ਚ ਨਹੀਂ ਸਟੀਰੋਇਡ ਕਿਸੇ ਨੇ ਕਰਨੀ ਹੈ ਨਹੀਂ, ਉਹ ਅੱਜ ਵੀ ਸਟਿਲ ਫਿੱਟ ਪਏ ਨੇ, ਪਰ ਬਾਡੀ ਟੂ ਬਾਡੀ ਹੁੰਦਾ। ਜਿਵੇਂ ਕਰੋਨੇ 'ਚ ਕਈ ਬੰਦਿਆਂ ਨੂੰ ਕਰੋਨੇ ਨੇ ਕਹਿ ਲਓ ਵੀ ਘੱਟ ਮਾਰ ਮਾਰੀ ਆ, ਕਈਆਂ ਨੂੰ ਵੱਧ, ਡੇਂਗੂ 'ਚ ਕਈ ਲੋਕਾਂ ਦੀ ਡੇਂਗੂ ਨਾਲ ਡੈਥ ਹੋ ਗਈ, ਇਹ ਬਾਡੀ ਦੇ ਇਮਿਊਨ ਸਿਸਟਮ ਦੇ ਗੇਮ ਖੜੀਆਂ, ਕਿਸੇ ਬੰਦੇ ਨੂੰ ਸਟੀਰੋਇਡ ਬਹੁਤ ਜਲਦੀ ਤਕੜਾ ਕਰਕੇ ਥੋੜ੍ਹੇ ਚਿਰ 'ਚ ਹੀ ਖਾ ਜਾਂਦੀ ਆ, ਸਮਝ ਕੇ ਕੋਈ ਬੰਦਾ ਲੰਬਾ ਸਮਾਂ ਚੱਲੀ ਜਾਂਦਾ, ਕਰੀ ਜਾਂਦਾ, ਕਰੀ ਜਾਂਦਾ, ਉਹ ਲੰਬਾ ਸਮਾਂ ਚੱਲਦਾ, ਬਾਡੀ ਟੂ ਬਾਡੀ ਹੁੰਦਾ, ਪਰ 85% ਲੋਕ ਇਹਦੇ 'ਚ ਖਤਮ ਹੁੰਦੇ ਨੇ, 15% ਬੰਦੇ ਇਹੋ ਜਿਹੇ ਨੇ ਜਿਹੜੇ ਇਹਦੇ 'ਚ ਲੰਬਾ ਟਾਈਮ ਖੇਡਦੇ ਨੇ, ਪਰ ਇਹ ਨਹੀਂ ਜੇ ਤੁਸੀਂ ਸਟੀਰੋਇਡ ਕਰਦੇ ਹੋ ਲੰਬਾ ਸਮਾਂ ਨਹੀਂ ਖੇਡ ਸਕਦੇ। ਬਹੁਤ ਕਈ ਵਾਰੀ ਐਥਲੀਟਾਂ ਦੇ ਮੂੰਹ ਤੁਸੀਂ ਸੁਣਿਆ ਹੋਣਾ ਵੀ ਸਾਨੂੰ ਤਾਂ ਇੰਨਾ ਟਾਈਮ ਹੋ ਗਿਆ ਅਸੀਂ ਖੇਡਦੇ ਹਾਂ ਜਾਂ ਗੇਮ ਕਰਦੇ ਹਾਂ, ਸਾਨੂੰ ਕੋਈ ਚੀਜ਼ ਨਹੀਂ। ਹਾਂ, ਜੇ ਸਟੀਰੋਇਡ ਕਰਦੇ ਹੋ ਬਾਡੀ ਨੂੰ ਤਰੀਕੇ ਨਾਲ ਚਲਾਉਂਦੇ ਹੋ, ਤੁਸੀਂ ਲੰਬਾ ਸਮਾਂ ਬੰਦਾ ਪਰਫਾਰਮੈਂਸ ਦਿੰਦਾ, ਪਰ ਮੋਸਟਲੀ ਬੰਦੇ ਖਰਾਬ ਹੋ ਜਾਂਦੇ ਇਹਦੇ 'ਚ 85%। ਪਰ ਮੈਂ ਕਹਿੰਦਾ ਵੀ ਸਾਰੇ ਐਥਲੀਟਾਂ ਨੂੰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਵੀ ਦੇਖੋ,
ਜੇ ਆਪਾਂ ਗਧੇ ਦੇ ਟੀਕਾ ਲਾ ਦਈਏ ਕਦੇ ਘੋੜਾ ਨਹੀਂ ਬਣਦਾ। ਜਿਹੜੇ ਅੱਜ ਦੀ ਕਿਸੇ ਵੀ ਗੇਮ ਦੇ ਵਿੱਚ ਅੱਜ ਦੀ ਘੜੀ ਜਿਹੜੇ ਟੌਪ ਦੇ ਐਥਲੀਟ ਨੇ, ਠੀਕ ਆ, ਜੇ ਸਟੀਰਡ ਨਾ ਹੁੰਦੀ ਫਿਰ ਵੀ ਉਹਨਾਂ ਨੇ ਹੀ ਟੌਪ ਤੇ ਹੋਣਾ ਸੀ, ਕਿਉਂਕਿ ਉਹ ਕਲਾਕਾਰ ਨੇ ਗੇਮ ਦੇ, ਉਹਨਾਂ ਨੂੰ ਕੰਮ ਕਰਨਾ ਆਉਂਦਾ। ਜੇ ਇਹ ਤਾਂ ਕਿਸੇ ਨੇ ਚਲਾਤੀ, ਦੇਖੋ ਦੇਖੇ ਚੀਜ਼ ਸਾਰਿਆਂ ਨੂੰ ਫਸਣਾ ਪੈ ਗਿਆ, ਠੀਕ ਆ। ਜੇ ਇਹ ਚੀਜ਼ ਨਾ ਚੱਲਦੀ, ਜਿਹੜੇ ਵੀ ਅੱਜ ਤੁਸੀਂ ਟੌਪ ਦੇ ਸਟਾਰਾਂ ਦੇ ਨਾਂ ਲੈਂਦੇ ਹੋ ਕਿਸੇ ਵੀ ਗੇਮ ਦੇ ਨੇ, ਸਟਾਰ ਫਿਰ ਵੀ ਇਹਨਾਂ ਨੇ ਹੀ ਹੋਣਾ ਸੀ। ਇੱਕ ਫ੍ਰੀ ਦਾ ਕਲੰਕ ਜਿਹੜਾ ਦੇਖੋ ਦੇਹ 'ਚ ਬੰਦੇ ਦੇ ਗਲ ਪੈ ਗਿਆ, ਫ੍ਰੀ ਦੀਆਂ ਬਿਮਾਰੀਆਂ ਜਿਹੜੀਆਂ ਬੰਦੇ ਨੂੰ ਛੇੜਦੀਆਂ ਸਟਾਰ, ਕਿਉਂਕਿ ਦੇਖੋ ਪਹਿਲਾਂ ਚਲੇ ਜਾਓ, ਪਹਿਲਾਂ ਵੀ ਅੱਜ ਤੋਂ ਜਦੋਂ ਸਟੀਰੋਇਡਸ ਨਹੀਂ ਹੁੰਦੇ ਸੀ ਕਿਸੇ ਵੀ ਗੇਮ 'ਚ, ਉਦੋਂ ਵੀ ਤਾਂ ਬੰਦੇ ਤਕੜੇ ਸੀਗੇ, ਉਦੋਂ ਕਿਹੜਾ ਹਰੇਕ ਹੀ ਮੂਹਰੇ ਆ ਜਾਂਦਾ ਸੀ, ਉਦੋਂ ਵੀ ਜਿਹੜਾ ਬੰਦਾ ਕੈਪੇਬਲ ਸੀਗਾ, ਜਿਹਦੇ ਕਪੈਸਿਟੀ ਸੀ ਉਹੀ ਮੂਹਰੇ ਆਉਂਦਾ, ਜਿਹੜਾ ਮਿਹਨਤ ਸੀ। ਅੱਜ ਵੀ ਇਹਨਾਂ ਨੇ ਸਟਾਰ ਹੋਣਾ ਸੀ, ਪਰ ਵਾਧੂ ਦਾ ਜਿਹੜਾ ਕਲੰਕ ਆ ਇਹ ਗਲ ਪੈ ਗਿਆ। ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਬੁਰਾ ਨਾ ਕਹੋ, ਮੈਂ ਚਾਹੁੰਦਾ ਵੀ ਕੋਈ ਵੀ ਤੁਹਾਡੇ ਵਰਗਾ ਬੰਦਾ ਖੜਾ ਹੋਵੇ ਮੂਹਰੇ, ਸਾਡਾ ਕੋਈ ਭਰਾ ਖੜਾ ਹੋਵੇ, ਕੋਈ ਤੁਹਾਡੇ ਵੱਲ ਉਂਗਲ ਚੱਕ ਕੇ ਗੱਲ ਨਾ ਕਰੇ ਵੀ ਯਾਰ ਦੇਖ ਇਹਦਾ ਸਮਾਨ ਕਰਾ। ਮੈਂ ਕਹਿੰਦਾ ਵੀ ਤੁਹਾਡੇ ਵੱਲ ਉਂਗਲ ਕਰੇ ਬੰਦਾ ਤਾਂ ਆਪਣੇ ਜਵਾਕਾਂ ਨੂੰ, ਆਪਣੇ ਭਰਾਵਾਂ ਨੂੰ, ਸਾਰਿਆਂ ਨੂੰ ਕਹੇ ਦੇਖ ਯਾਰ ਮੁੰਡੇ ਦੀ 20 ਸਾਲ ਦੀ ਮਿਹਨਤ ਖੜੀ ਆ, 20 ਸਾਲ ਦੀ। ਕਹਿੰਦੇ ਸੀ ਅੱਗੇ ਵੀ ਤਪੱਸਿਆ, ਅਗਲਾ ਕਹਿੰਦਾ ਸੀ ਮਿਹਨਤ ਕਰਨੀ, ਬੋਡੀ ਸਾਹਮਣੇ ਤਪੱਸਿਆ, ਲੋਕ ਤੁਹਾਨੂੰ ਤਪੱਸਿਆ ਕਹਿਣ। ਅੱਜ ਦੀ ਘੜੀ ਹਾਲਾਤ ਇਹੋ ਜਿਹੇ ਆ ਗਏ, ਸਾਡੇ ਵਰਗਾ ਮੁੰਡਾ ਖੜਾ ਹੁੰਦਾ, ਅਗਲਾ ਕਹਿੰਦਾ ਯਾਰ ਦੇਹ ਸਰੀਰ ਬਣਾ ਨਮਰਦ ਹੋਊਗਾ, ਸਮਝ ਗਏ, ਨਮਰਦ ਨਾਲ ਨਾ ਜੋੜੋ ਵੀ ਫਿੱਟ ਬੋਡੀ ਬਹੁਤ ਆ, ਖੜਿਆ ਵਾ ਤੁਹਾਡੇ ਮੂਹਰੇ ਤੇ ਪਰਮਾਤਮਾ ਦੀ ਬਹੁਤ ਕਿਰਪਾ, 16 ਸਾਲ ਲੱਗੇ ਨੇ ਇੰਨਾ ਕੁ ਸਰੀਰ ਬਣਾਉਣ ਨੂੰ। 16 ਸਾਲ ਵੀ ਇਹ ਨੀ ਲੱਗੇ, 16 ਸਾਲ ਇਹ ਆ ਵੀ ਜਿਵੇਂ ਨਾ ਪੱਥਰ ਦੇ ਤੁਪਕਾ ਗਿਰਦਾ ਰੋ, ਕਹਿੰਦੇ ਤੁਪਕਾ ਗਿਰੀ ਉਹ ਪੱਥਰ ਖਾਰ ਦਿੰਦਾ, ਉਵੇਂ ਤੁਪਕਾ ਗਿਰਿਆ ਹੋਇਆ ਬਈ, ਇੱਕੇ ਲਹਿ ਚ ਜ਼ਿੰਦਗੀ ਚੱਲਦੀ ਹੁੰਦੀ ਆ ਉਹਨੂੰ, ਇਹਦੇ ਲਈ ਉਹ ਸਵੇਰੇ ਸਰੀਰ ਲਈ ਉੱਠਦੇ ਆ, ਇਹਦੇ ਲਈ ਉਹ ਸੌਂ ਜਾਂਦੇ ਆ। ਤੇ ਬਚ ਕੇ ਰਹੋ, ਵਧੀਆ ਖੁਰਾਕ ਖਾਓ, ਸਬਰ ਰੱਖੋ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਤੂੰ ਜਿਹੜਾ ਬੰਦਾ ਕਲਾਕਾਰ ਆ ਉਹਨੇ ਬਈ ਕੰਮ ਕਰੀ ਦੇਣਾ। ਇੱਕ ਇਹ ਸਵਾਲ ਤਾਂ ਆਇਆ ਸੀ, ਜਿਹੜੇ ਬੰਦਿਆਂ ਨੇ ਹੁਣ ਆਪਾਂ ਕਹਿ ਦਈਏ ਵੀ ਡੱਬੇ ਪਾਊਡਰ ਪੂਡਰ ਖਾਧੇ ਆ, ਉਹਨਾਂ ਦੇ ਤੁਹਾਨੂੰ ਫਿਰ ਮੈਸੇਜ ਫੋਨ ਕਾਲ ਆਉਂਦੇ ਆ, ਉਹਨਾਂ ਲਈ ਕੁਛ ਅੱਡ ਜਾਂ ਤੁਸੀਂ ਕੁਛ ਜਾਂ ਹੈਰੀ ਬਾਈ ਦੱਸਦੇ ਹੁਣ ਵੀ ਦੇਖੋ ਬਾਈ ਮੈਂ ਕਿੱਥੋਂ ਆਏ ਸਟਾਰਟਅਪ ਕਰ ਸਕਦੇ ਆ। ਪੌਡਕਾਸਟ 'ਚ ਬਾਈ ਮੈਂ ਗੱਲ ਵੀ ਦੱਸੀ ਸੀਗੀ, ਡੱਬਾ 3 ਤਰ੍ਹਾਂ ਦਾ ਹੁੰਦਾ, ਇੱਕ ਤਾਂ ਹੁੰਦਾ ਵੇਟ ਕੇਂਦਰ ਤੇ ਮਾਸ ਕੇਂਦਰ, 2 ਡੱਬੇ ਹੁੰਦੇ ਨੇ। ਮੈਂ ਤੁਹਾਡੇ ਇੱਥੇ ਕਲੀਅਰ ਕਰ ਦਿੰਦਾ, ਵੇਟ ਕੇਂਦਰ ਤੇ ਮਾਸ ਕੇਂਦਰ ਭੁੱਲ ਕੇ ਵੀ ਨਹੀਂ ਖਾਣੇ ਚਾਹੀਦੇ, ਕਿਉਂਕਿ ਤੁਹਾਡਾ ਇਸ ਤਰ੍ਹਾਂ ਨੁਕਸਾਨ ਕਰਨਗੇ ਵੀ ਤੁਸੀਂ ਸੋਚ ਵੀ ਨਹੀਂ ਸਕਦੇ, ਤੁਹਾਡੀ ਕਿਡਨੀ ਦੀ ਡੈਮੇਜ ਹੋ ਜਾਣਗੀਆਂ। ਤੇ ਕਿਉਂਕਿ ਵੇਟ ਕੇਂਦਰ ਤੇ ਮਾਸ ਕੇਂਦਰ ਤੁਹਾਨੂੰ ਮੈਂ ਸਮਝਾਉਣਾ ਚਾਹੂੰਗਾ, ਉਹ ਹੁੰਦਾ ਜਿਹਦੇ ਨਾਲ ਬੰਦੇ ਦਾ ਵੇਟ ਗੇਨ ਹੁੰਦਾ, ਉਹ 'ਚ ਕੀ ਹੁੰਦਾ ਕਾਰਬੋਹਾਈਡਰੇਟਸ ਨੂੰ ਕੁਛ ਤਰ੍ਹਾਂ ਦੇ ਫੂਡ ਨੂੰ ਪ੍ਰੋਸੈਸਡ ਕਰਕੇ ਉਹਨੂੰ ਪਾਊਡਰ ਫਾਰਮ 'ਚ ਬਣਾਇਆ ਹੁੰਦਾ, ਜਦੋਂ ਕਿ ਜਵਾਕ ਦਾ ਵਜਨ ਗੇਨ ਨਹੀਂ ਹੁੰਦਾ 17-18 ਸਾਲ ਦੀ ਉਮਰ 'ਚ, 20 ਸਾਲ ਦੀ ਉਮਰ 'ਚ, 21 ਸਾਲ ਦੀ ਉਮਰ 'ਚ ਉਹ ਕਿਸੇ ਇਹੋ ਜਿਹੇ ਕੋਚ ਕੋਲ ਜਾ ਕੇ ਵੇਟ ਕੇਂਦਰ ਲੈ ਲੈਂਦਾ, ਉਹ ਕੋਚ ਉਹਨੂੰ ਕੀ ਕਹਿੰਦਾ ਹੁਣ, ਜਿਹੜੇ ਜਵਾਕ ਸੁਣਦੇ ਹੋਣਗੇ ਉਹ ਤਾਂ ਸਮਝੇ ਹੋਣਗੇ, ਉਹ ਕੀ ਕਹਿੰਦਾ ਉਹਨੂੰ ਡੱਬਾ ਦੇ ਦਿੰਦੇ ਨੇ, ਇੱਕ ਸਸਤਾ ਜਾ ਕਿਤੋਂ ਜਾਲੀ ਬ੍ਰਾਂਡ, ਮਤਲਬ ਮੋਸਟ ਜਿਹਾ ਜਾਲੀ ਹੁੰਦਾ, ਉਹਨੇ ਕਿਹੜਾ ਦੋ ਸਕੂਪ ਪਾ ਲਾ ਇਹਦੇ ਵੇਟ ਕੇਂਦਰ ਦੇ, ਪਾ ਲਾ ਇੱਕ ਪਾਲਾ ਵਿੱਚ ਕੇਲਾ, ਪਾ ਲਾ ਪੀਨਟ ਬਟਰ, ਪਾ ਲਾ ਦੁੱਧ, ਪੀ ਲਾ ਉਹ ਪੀ ਲਾ, ਉਹ ਬੰਦਾ ਪੀ ਲੈਂਦਾ, ਨਿਆਣਾ 2 ਟਾਈਮ, ਉਹਨੂੰ ਕਹਿੰਦੇ ਸਵੇਰੇ ਵੀ ਪੀ ਲਈ ਸ਼ਾਮ ਨੂੰ ਵੀ ਪੀ ਲਈ, 2 ਟਾਈਮ ਬੰਦੇ ਨੇ ਪੀ ਲਿਆ। ਹੁਣ ਜਿਹੜਾ ਨਿਆਣਾ ਨੋਰਮਲ ਆਪਣੇ ਲੱਗਿਆ ਹੋਇਆ ਯਾਰ ਦਾਲ ਰੋਟੀ ਤੇ, ਠੀਕ ਆ, ਜਿਹੜਾ ਪਲੇ ਹੀ ਦਾਲ ਰੋਟੀ ਖਾ ਕੇ ਨਿਆਣਾ, ਉਹਨੂੰ ਤੁਸੀਂ ਇੱਕਦਮ ਇੰਨੀ ਕੈਲੋਰੀਜ਼ ਉਹਦੇ ਲਿਵਰ ਤੇ ਜਾ ਕੇ ਸਿੱਟਣੀ ਆ, ਉਹ ਤਾਂ ਅਪਸੈਟ ਹੋ ਜਾਂਦੀ ਆ ਬਾਈ ਬੋਡੀ, ਫਿਰ ਨਿਆਣਾ ਫਿਰ ਉਹਨੂੰ ਕਹਿੰਦੇ ਨੇ ਨਾਲ ਖੁਰਾਕ ਵੀ ਚੱਕਦੀ, ਇੱਕੇ ਟਾਈਮ ਲਿਵਰ ਤੇ ਬਾਈ ਸਟ੍ਰੈਸ ਪੈ ਜਾਂਦਾ, ਕਿਡਨੀ ਤੋਂ ਉਹ ਚੀਜ਼ਾਂ ਵਾਸ਼ ਆਊਟ ਨਹੀਂ ਹੁੰਦੀਆਂ, ਜਾਂ ਨਿਆਣੇ ਦੀ ਕਿਡਨੀ ਖਰਾਬ ਹੁੰਦੀ ਆ ਜਾਂ ਲਿਵਰ ਖਰਾਬ ਹੁੰਦਾ, ਜੇ ਵੇਟ ਵਧੂਗਾ ਵੀ ਤਾਂ ਇੰਨਾ ਗੰਦਾ ਵਧੂਗਾ, ਬੋਡੀ ਸਾਰੀ ਖਰਾਬ ਹੋ ਜਾਣੀ ਆ। ਫਿਰ ਇੱਕ ਹੁੰਦਾ ਵੇ ਪ੍ਰੋਟੀਨ, ਵੇ ਪ੍ਰੋਟੀਨ ਨੂੰ ਵਧੀਆ ਮੰਨਿਆ ਜਾਂਦਾ, ਠੀਕ ਆ, ਵੇ ਪ੍ਰੋਟੀਨ ਕੀ ਹੁੰਦਾ, ਇੱਕ ਦੁੱਧ ਦੀ ਉਹ ਫਾਰਮ ਆ, ਉਹ ਮਿਲਕ ਤੋਂ ਬਣਾ ਲੈਂਦਾ, ਪਰ ਜੇ ਕੋਈ ਵਹਿਮ ਪਾਲਦਾ ਵੀ ਵੇ ਪ੍ਰੋਟੀਨ ਖਾ ਕੇ ਸਰੀਰ ਬਣਦਾ, ਨਹੀਂ ਬਣਦਾ ਬਾਈ, ਵੇ ਪ੍ਰੋਟੀਨ ਵੀ ਉਹ ਅਥਲੀਟਾਂ ਲਈ ਹੋ ਜਾਂਦਾ, ਜਿਵੇਂ ਕੋਈ ਕਬੱਡੀ ਵਾਲੇ ਭਰਾ ਸਾਰਾ ਦਿਨ ਬਾਹਰ ਰਹਿੰਦੇ ਨੇ, ਕੋਈ ਭਲਵਾਨੀ ਚਾ ਜਾਂ ਕੋਈ ਹੋਰ ਗੇਮ ਵਾਲਾ ਘਰੇ ਆਉਣ ਦਾ ਟਾਈਮ ਨਹੀਂ ਮਿਲਿਆ, ਉਹ ਉੱਥੇ ਪੀ ਕੇ ਆਪਣੀ ਰਿਕਵਰੀ ਕਰ ਲੈਂਦੇ ਨੇ, ਪਰ ਵੇ ਪ੍ਰੋਟੀਨ ਤੇ ਪੈਸਾ ਨਾ ਖਰਾਬ ਕਰੋ ਕਦੇ ਵੀ, ਉਹਦੇ ਨਾਲ ਸਰੀਰ ਨਹੀਂ ਬਣਦਾ, ਉਹ ਇੱਕ ਸਿਰਫ ਪ੍ਰੋਟੀਨ ਦੀ ਰਿਕੁਆਇਰਮੈਂਟ ਪੂਰੀ ਕਰਨ ਵਾ ਤੁਹਾਡੀ, ਉਹ ਨਹੀਂ ਕਰ ਸਕਦਾ, ਪਰ ਉਹਦੇ ਨਾਲ ਬੋਡੀ ਨਹੀਂ ਬਣਦੀ, ਬੋਡੀ ਤੁਹਾਡੀ ਤਾਂ ਬਣਦੀ ਆ ਘਰ ਦੀ ਵਧੀਆ ਨੈਚੁਰਲ ਖੁਰਾਕ ਬੰਨ ਕੇ ਖਾਓਗੇ, ਸਵੇਰ ਦੀਆਂ ਜਾਂ 3 ਮੀਲਾਂ ਤੁਹਾਡੀਆਂ ਪ੍ਰੋਪਰ ਕੇ ਸ਼ੈਡਿਊਲ 'ਚ ਹੋਣੀਆਂ ਚਾਹੀਦੀਆਂ ਨੇ, ਬੰਨ ਕੇ ਵੀ ਇਹ ਨਹੀਂ ਵੀ ਹੁਣ ਤੁਸੀਂ 3 ਲੀਟਰ ਦੁੱਧ ਪੀਣਾ, 4 ਲੀਟਰ ਦੁੱਧ, ਜਿੰਨੀ ਰਿਕੁਆਇਰਮੈਂਟ ਆ ਬੋਡੀ ਦੀ ਹੁੰਦੀ ਆ, ਜਿੰਨੀ
ਜਿਵੇਂ ਕਹਿੰਦਾ ਵੀ ਕਾਰ ਦੀ ਟੈਂਕੀ ਆ ਉਨਾ ਹੀ ਤੇਲ ਪੈ ਜਾਵੇ ਤਾਂ ਬਹੁਤ ਆ, ਜਿੰਨਾ ਓਵਰ ਪਾਉਂਗੇ ਬਾਈ ਸਾਰਾ ਖਰਾਬ ਹੀ ਜਾ, ਬਾਹਰ ਡੁੱਲੂਗਾ ਉਹ ਚੀਜ਼ ਆ ਬੋਡੀ ਦਾ। ਹੁਣ ਮੈਂ ਇੱਕ ਗੱਲ ਹੋਰ ਦੇਖ ਰਿਹਾ, ਜਿਹੜੇ ਬੱਚੇ ਸੀ ਉਹ ਚਲੇ ਗਏ ਸਕੂਲ ਕਰਕੇ ਚਲੇ ਗਏ, ਉਹਦਾ ਟਾਈਮ ਹੋ ਗਿਆ ਬਾਈ, ਜਿਹੜੇ ਮਤਲਬ ਆਪਾਂ ਕਹਿ ਦਈਏ ਵੀ ਕਾਲਜ ਵਾਲੇ ਆ ਜਾਂ ਜਿਹੜੇ ਘਰੇ ਕੰਮ ਕਾਰ ਕਰਦੇ ਆ ਉਹ ਬੱਚੇ ਰਹਿ ਗਏ, ਇਹ ਰਹਿ ਗਏ ਬਾਈ। ਇਹ ਸਪੈਸ਼ਲੀ ਹੁਣ ਗੇਮ ਤੇ ਲੱਗੇ ਹੋਏ ਨੇ ਤੇ ਕੁਛ ਕੰਮਾਂ ਕਾਰ ਵਾਲੇ ਵੀ ਹੈਗੇ ਨੇ ਇੱਕ ਦੋ ਬੰਦੇ, ਤੇ ਸਕੂਲ ਵਾਲੇ ਨਿਆਣੇ ਸਾਰੇ ਨਿਕਲ ਗਏ ਬਾਈ, ਹੁਣ ਇਹ ਮੁੰਡੇ ਦੂਜੇ ਖੇਡਣ ਖੁੱਡਣ ਵਾਲੇ ਰਹਿ ਗਏ ਸਾਰੇ, ਇਹਨਾਂ ਨੇ ਅੱਗੇ ਗੇਮਾਂ 'ਚ ਮੂਹਰੇ ਜਾਣਾ। ਤੇ ਇੱਥੇ ਆਏ ਤਾਂ ਨੀ ਕੋਈ ਪਾਰਟੀਕੁਲਰ ਵੀ ਫਲਾਣੇ ਨੇ ਆਉਣੀ ਆਉਣਾ ਜਾਂ ਆਏ ਆ, ਜਿਹੜੇ ਆ ਰਹੇ ਆ ਬਸ ਠੀਕ ਆ, ਤੁਸੀਂ ਕੰਟਰੋਲ ਰੱਖਦੇ ਹੋ ਵੀ ਨਹੀਂ ਯਾਰ ਵੀ ਇੱਥੇ ਜ਼ਿਆਦਾ ਬੰਦੇ ਸਾਹਮਣੇ? ਬਾਕੀ ਐਵੇਂ ਹੁੰਦਾ ਬਈ, ਮੇਰੀ ਇੱਕ ਰਿਕੁਆਇਰਮੈਂਟ ਆ ਵੀ ਕੋਈ ਬੰਦਾ ਸ਼ਰਾਬ ਪੀਣ ਵਾਲਾ ਮੇਰੇ ਕੋਲ ਨਾ ਆਵੇ, ਵੀ ਕੱਲ੍ਹ ਇਹ ਨਾ ਹੋਵੇ ਵੀ ਮੇਰੀ ਵੀਡੀਓ 'ਚ ਪਿੱਛੇ ਮੁੰਡਾ ਫਿਰਦਾ ਦੇਖੇ ਤੇ ਕੱਲ੍ਹ ਕਿਤੇ ਠੇਕੇ ਤੇ ਖੜਾ ਸ਼ਰਾਬ ਪੀਂਦਾ ਹੋਵੇ, ਹੱਥੇ ਤੇ ਬੈਠਾ ਦਾਰੂ ਪੀਂਦਾ ਹੋਵੇ, ਤਾਂ ਅਗਲਾ ਕਹੇ ਯਾਰ ਤਾਂ ਉਹੀ ਜਿਹੜਾ ਪੀਂ ਕੇ ਕੋਲ ਫਾਇਦਾ ਸੀ। ਮੈਂ ਇਹਨਾਂ ਦਾ ਕਿਆ ਪ੍ਰੋਮਿਸ ਲੈਣਾ ਵੀ ਜੇ ਮੇਰੇ ਕੋਲ ਆਉਣਾ ਤਾਂ ਇਹ ਗੱਲ ਭੁੱਲ ਜਾਓ, ਬਹੁਤ ਮੁੰਡੇ ਮੁੜ ਪੀ ਗਏ। ਮੈਂ ਕਹਿੰਦਾ ਵੀ ਜੇ ਮੇਰੇ ਕੋਲ ਆਉਣਾ ਤਾਂ ਸ਼ਰਾਬ ਵਾਲਾ ਜਾਂ ਨਸ਼ੇ ਵਾਲਾ ਬਾਈ ਹੱਥ ਨਹੀਂ ਲਾਉਣਾ, ਕੱਲੂ ਇਹ ਨਾ ਹੋਵੇ ਵੀ ਮੇਰੇ ਕੋਲ ਖੜ ਕੇ ਤੁਸੀਂ ਕਿਤੇ ਹੱਥੇ ਦੇ ਖੜੇ ਹੋਵੋ। ਮੈਂ ਕਹਿੰਦਾ ਵੀ ਇੱਕ ਵਾਅਦਾ ਲੈ ਕੇ ਜਾਓ, ਇੱਥੇ ਆਓ ਫ੍ਰੀ, ਤੁਹਾਨੂੰ ਹਰ ਇੱਕ ਸਹੂਲਤ ਦਵਾਂਗੇ ਬਣਦੀ ਜਿੰਨਾ ਅਸੀਂ ਕਰ ਸਕੇ, ਵੀ ਪਰ ਇਹ ਚੀਜ਼ ਨਾ ਹੋਵੇ। ਇਹ ਚੀਜ਼ ਯਾਰ ਤੁਹਾਨੂੰ ਬਾਈ, ਇੱਕ ਅਸੀਂ ਕਲਾਕਾਰ ਭਰਾਵਾਂ ਨੂੰ ਵੀ ਵਧਾਈ ਦੇਣਾ ਚਾਹੁੰਦੇ ਹਾਂ। ਹਾਂ ਬਾਈ, ਮੈਂ ਕਲਾਕਾਰ ਭਰਾਵਾਂ ਨੂੰ ਸਾਰਿਆਂ ਨੂੰ ਦਿਲੋਂ ਨਾ ਧੰਨਵਾਦ ਕਰਨਾ ਚਾਹੁੰਦਾ, ਸਿੰਗਿੰਗ 'ਚ ਇੰਡਸਟਰੀ ਦੇ ਜਿੰਨੇ ਮੇਰੇ ਭਰਾ ਨੇ ਉਹਨਾਂ ਦਾ ਨਾਂ ਤਾਂ ਨਹੀਂ ਲੈਣਾ ਮੈਂ, ਕਿਉਂਕਿ ਉਹਨਾਂ ਨੇ ਹਰ ਇੱਕ ਬੰਦੇ ਨੇ ਤੇ ਮੈਂ ਕਿਉਂਕਿ ਚੰਗੀ ਚੀਜ਼ ਬਾਈ, ਜੇ ਸਾਡੇ ਨਾਲ ਕੋਈ ਖੜਦਾ ਸੀ ਤਾਂ ਦੱਸਾਂਗੇ ਠੀਕ ਆ, ਕਿਉਂਕਿ ਕਲਾਕਾਰਾਂ ਨੇ ਕੱਲਾ ਕੱਲੇ ਸਿੰਗਰ ਨੇ ਜਿਹੜੇ ਟੌਪ ਦੇ, ਅੱਜ ਤੁਸੀਂ ਸਾਰੇ ਸਿੰਗਰ ਦੇਖ ਦਿਓ, ਸਾਰਿਆਂ ਨੇ ਮੈਨੂੰ ਬਾਈ ਪਰਸਨਲੀ ਮੈਸੇਜ ਕਰਕੇ ਐਪਰੀਸ਼ੀਏਟ ਕੀਤਾ, ਤੇ ਉਹਨਾਂ ਨੇ ਇੱਕ ਵਾਰ ਨਹੀਂ ਦੋ ਦੋ ਵਾਰੀ ਕੀਤਾ ਵੀਡੀਓ ਦੇਖ ਕੇ ਕਿ ਇਹ ਕੰਮ ਰੋਕਣਾ ਨਹੀਂ ਚਾਹੀਦਾ, ਵੀ ਇਹ ਜਿਹੜੀ ਲਹਿਰ ਤੁਸੀਂ ਪੰਜਾਬ ਦੇ ਵਿੱਚ ਚਲਾਈ ਆ ਇਹ ਰੋਕਣੀ ਨਹੀਂ ਚਾਹੀਦੀ, ਅਸੀਂ ਕਿਸੇ ਵੀ ਤਰ੍ਹਾਂ ਕਿਸੇ ਵੀ ਤਰੀਕੇ ਨਾਲ ਤੁਹਾਡੀ ਹੈਲਪ ਕਰ ਸਕੀਏ ਤਾਂ ਅਸੀਂ ਹਾਜ਼ਰ ਹਾਂ, ਸਾਨੂੰ ਇੱਕ ਇੱਕ ਫੋਨ ਮਾਰਨਾ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ। ਮੈਂ ਕਹਿੰਦਾ ਏਦਾਂ ਨੀ ਬਾਈ, ਇਹ ਨੀ ਵੀ ਉਹਨਾਂ ਨੇ ਇੱਕ ਵਾਰ ਕਹਿ ਕੇ ਖੜਾ ਨੀ ਛਡਾਇਆ ਵੀ ਚੱਲ ਇਹ ਕੱਲੂ ਕਹਿਣਗੇ ਵੀ ਸਾਡੀ ਸਿੰਗਿੰਗ ਚ ਜੋ ਬੰਦੇ ਨੇ ਸਾਡੀ ਸਪੋਰਟ ਨੀ ਆਏ, ਬਾਰ ਬਾਰ ਉਹਨਾਂ ਨੇ ਮੈਨੂੰ ਗੱਲ ਕਹੀ ਆ, ਔਰ ਟੌਪ ਦੇ ਬੰਦੇ ਵੀ ਜਿਨ੍ਹਾਂ ਦਾ ਮੈਂ ਕਈ ਵਾਰੀ ਆਂਦਾ ਵੀ ਯਾਰ ਇਹ ਬੰਦੇ ਨੇ ਇਹਨੇ ਸਾਨੂੰ ਐਪਰੀਸ਼ੀਏਟ ਕੀਤਾ, ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ, ਜਿਵੇਂ ਮਰਜ਼ੀ ਕਹੋ, ਜੋ ਮਰਜ਼ੀ ਕੋਈ ਚੀਜ਼ ਚਾਹੀਦਾ, ਜਿਮ ਚਾਹੀਦੀ ਆ ਤੁਹਾਨੂੰ, ਕੋਈ ਪੈਸਾ ਚਾਹੀਦਾ ਕਿਸੇ ਨਿਆਣੇ ਨੂੰ, ਖੁਰਾਕ ਚਾਹੀਦੀ ਆ ਤੁਹਾਨੂੰ, ਕਿਸੇ ਵੀ ਚੀਜ਼ ਲੋੜ ਆ ਅਸੀਂ ਅੱਧੇ ਬੋਲ ਤੇ ਹਾਜ਼ਰ ਖੜੇ ਆ, ਔਰ ਹਰ ਇੱਕ ਭਰਾ ਨੇ ਗੀ। ਇਹ ਬਹੁਤ ਵਧੀਆ ਗੱਲ ਆ, ਮੈਂ ਦਿਲੋਂ ਖੁਸ਼ੀ ਹੋਈ ਆ ਮੈਨੂੰ, ਪਹਿਲਾਂ ਥੋੜਾ ਮੇਰਾ ਮੈਂਟਲ ਲੈਵਲ ਹੋਰ ਸੀਗਾ ਤੇ ਇੰਡਸਟਰੀ ਨੂੰ ਲੈ ਕੇ ਮੈਨੂੰ ਲੱਗਦਾ ਸੀ ਵੀ ਚੀਜ਼ਾਂ ਗਲਤ ਪ੍ਰਮੋਟ ਕਰਦੇ ਨੇ, ਨਹੀਂ ਉਹ ਇੱਕ ਇੱਕ ਆਪਾਂ ਕਹਿ ਦਈਏ ਵੀ ਇੱਕ ਧਾਰਨਾ ਵੀ ਆ, ਪਰ ਜਿਹੜਾ ਅੱਜ ਦਾ ਨੌਜਵਾਨ ਕਲਾਕਾਰ ਆ ਚਾਹੇ ਜਿੰਨੇ, ਆਪਾਂ ਇੱਕ ਦਾ ਨਾਂ ਲੈ ਦਾਂਗੇ ਫਿਰ ਬਾਕੀ ਗੁੱਸੇ ਹੋ ਜਾਂਦੇ ਆ, ਪਰ ਉਹ ਪੰਜਾਬ ਨੂੰ ਇੱਕ ਬਹੁਤ ਚੰਗਾ ਹਾਂ ਪੱਖੀ ਤੇ ਆਪਾਂ ਕਹਿ ਦਈਏ ਵੀ ਪ੍ਰਭਾਵਸ਼ਾਲੀ, ਤੇ ਇੱਕ ਉਹ ਉਹਨਾਂ ਨੂੰ ਵੀ ਇਹ ਹੈ ਵੀ ਇਹ ਪੰਜਾਬ ਹੁਣ ਮੋੜਾ ਕੱਟ ਰਿਹਾ ਹੈਗਾ, ਚੰਗੀਆਂ ਚੀਜ਼ਾਂ ਵੱਲ ਮੋੜਾ ਕੱਟ ਰਿਹਾ ਹੈਗਾ, ਤੇ ਕਲਾਕਾਰਾਂ ਦੇ ਗਾਣਿਆਂ ਤੋਂ ਉਹਨਾਂ ਦੀਆਂ ਲਿਖਤਾਂ ਤੋਂ ਪਤਾ ਲੱਗ ਰਿਹਾ ਬਾਈ, ਇਹ ਆ ਵੀ ਜੇ ਚੰਗਾ ਸੁਣਾਂਗੇ ਉਹਨਾਂ ਨੇ ਗਾਉਣਾ ਸ਼ੁਰੂ ਕਰ ਦੇਣਾ, ਹੁਣ ਵਿਕੂਗਾ ਤਾਂ ਉਹੀ ਨਾ, ਹੁਣ ਮੈਂ ਤੁਹਾਡੇ ਕੋਲ ਅੱਧੇ ਘੰਟੇ ਦੀ ਘੰਟੇ ਦੀ ਇੰਟਰਵਿਊ ਕਰ ਦੇਣਾ, ਇੱਕ ਵੀ ਗੱਲ ਮੈਂ ਇਹੋ ਜਿਹੀ ਕਰ ਗਿਆ ਵਿੱਚ, ਹਾਂਜੀ ਜਿਹੜੀ ਉੱਪਰ ਨੀਚੇ ਹੋ ਗਈ ਤਾਂ ਸ਼ਾਮ ਨੂੰ ਗਾਲਾਂ ਦਾ ਮੀਂਹ ਵਰ ਜਾਣਾ, ਉਹੀ ਬੋਲਣਾ ਪੈਂਦਾ ਨਾ ਦੇਖ ਕੇ ਜੋ ਤੁਸੀਂ ਸੁਣਨਾ ਪਸੰਦ ਕਰਦੇ ਹੋ ਠੀਕ ਆ, ਉਹ ਸਿੰਗਿੰਗ ਵੀ ਸਿੰਗਿੰਗ 'ਚ ਵੀ ਉਹ ਬੰਦੇ ਉਹੀ ਕਰ ਰਹੇ ਆ ਜੋ ਉਹਨਾਂ ਨੂੰ ਲੱਗਦਾ ਵੀ ਜੋ ਵਿਕ ਰਿਹਾ ਉਹਨਾਂ ਨੂੰ ਬੋਲਣ ਕਰਨਾ ਪੈਂਦਾ, ਹੁਣ ਲੱਖਾਂ ਰੁਪਇਆ ਲਾ ਕੇ ਉਹ ਇਹੋ ਜਿਹਾ ਗਾਣਾ ਬਣਾ ਕੇ ਕੰਪਨੀਆਂ ਦੇ ਅੰਡਰ ਵੀ ਹੁੰਦੇ ਨੇ ਬੰਦੇ, ਕਈ ਨਾ ਚੱਲੇ ਅਗਲੇ ਦਾ ਦੁਬਾਰਾ ਨਿਕਲ ਜਾਣਾ, ਸਮਝ ਗਏ ਉਹ ਚੀਜ਼ਾਂ, ਤੁਸੀਂ ਚੰਗੇ ਚੰਗੀਆਂ ਚੀਜ਼ ਚੰਗੀ, ਹੁਣ ਕਿਸਾਨੀ ਅੰਦੋਲਨ ਦੇ ਵਿੱਚ ਕਿੰਨੇ ਗਾਣੇ ਨੇ ਜਿਹੜੇ ਕਿਸਾਨੀ ਉੱਤੇ ਚੱਲੇ ਨੇ ਠੀਕ ਆ, ਉਹਨਾਂ ਨੇ ਗਾਏ ਨੇ, ਹਰ ਇੱਕ ਬੰਦੇ ਨੇ ਗਾਇਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਚੀਜ਼ ਸਾਡੀ ਵਿਕਣੀ ਆ ਚੱਲਣੀ ਆ, ਅਸੀਂ ਗਾਤਾ, ਹੁਣ ਜੇ ਤੁਸੀਂ ਸੁਣਦੇ ਨੀ ਉਹ ਬੰਦੇ ਕਿੰਨਾ ਕੇ ਗਾਉਣਗੇ, ਇੱਕ ਦਿਨ ਥੱਕ ਕੇ ਬੰਦਾ ਹਾਰ ਕੇ ਘਰੇ ਬਹਿ ਜਾਂਦਾ ਬਾਈ, ਤੇ ਜੇ ਤੁਸੀਂ ਚੰਗਾ ਸੁਣੋਗੇ ਬਾਕੀ ਉਹ ਗਾਉਣਗੇ, ਪਰ ਉਹਨਾਂ ਦੇ ਦਿਲ ਦੇ ਵਿੱਚ ਮੈਂ ਦਰਦ ਦੇਖਿਆ ਪਰਸਨਲੀ ਬੈਠ ਕੇ ਦੇਖਿਆ, ਤੇ ਮੈਨੂੰ ਮੈਂ ਫੀਲ ਕੀਤਾ ਚੀਜ਼, ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਭਰਾਵਾਂ ਨੂੰ ਸਾਡਿਆਂ ਨੂੰ ਵਧਾਈ ਦਿੰਦਾ ਕਿ ਤੁਹਾਡਾ ਯੋਗਦਾਨ ਇਹਦੇ 'ਚ ਪੈ ਗਿਆ ਤੇ ਮੈਨੂੰ ਹੌਸਲਾ ਮਿਲਿਆ ਬਾਈ ਜੀ, ਕਿਉਂਕਿ ਬਾਈ ਤੁਹਾਡਾ ਧੰਨਵਾਦ, ਹਾਂ ਨਾ ਬਾਈ ਤੁਹਾਡੇ ਤੋਂ ਧੰਨਵਾਦ ਆ ਬਾਈ, ਤੁਸੀਂ ਚੰਗੀਆਂ ਚੀਜ਼ਾਂ ਨੂੰ ਅੱਗੇ ਸਾਰੇ ਜਿੰਨੇ ਤੁਹਾਡੇ ਫੋਲੋਵਰ ਨੇ ਜਿੰਨੇ ਸਾਰੇ ਪਾਸੇ ਤੁਹਾਨੂੰ ਲੋਕ ਸੁਣਦੇ ਨੇ
ਤੇ ਬਾਕੀ ਰਤਨ ਭਰਾ ਵੈਸੇ ਵੀ ਮੈਨੂੰ ਸਲਾਹ ਮਸ਼ਵਰਾ ਹੀ ਕਰਦੇ ਰਹਿੰਦੇ ਆ, ਭਰਾ ਮੈਨੂੰ ਗਾਈਡ ਕਰਦੇ ਰਹਿੰਦੇ ਨੇ ਵੀ ਇਹ ਸੋਚ ਤੁਹਾਡੀ ਚੰਗੀ ਆ, ਇਹਨੂੰ ਤਰੀਕੇ ਨਾਲ ਲੋਕਾਂ ਤੱਕ ਪਹੁੰਚਦਾ ਕਰੋ ਕਿ ਕੁਛ ਵੀ ਏਦਾਂ ਦੀ ਗਲਤ ਚੀਜ਼ਾਂ ਤੋਂ ਬਚ ਕੇ ਰਹਿਣਾ। ਤੇ ਬਾਈ ਨੇ ਵੀ ਗੱਲ ਕੀਤੀ ਆ, ਬਾਈ ਕਹਿੰਦਾ ਵੀ ਮਾੜੀ ਚੀਜ਼ਾਂ ਪ੍ਰਮੋਟ ਕਦੇ ਵੀ ਨਹੀਂ ਕਰਨੀਆਂ, ਬਾਈ ਕਹਿੰਦਾ ਨਾ ਮੈਂ ਕਰਦਾ ਤੇ ਨਾ ਤੁਸੀਂ ਕਰਨੀ ਨੇ, ਬਾਕੀ ਤੁਹਾਡੇ ਨਾਲ ਖੜੇ ਹਾਂ ਬਾਈ, ਵਾਹਿਗੁਰੂ ਦਾ ਸ਼ੁਕਰਾਨਾ ਤੁਹਾਡੇ ਵਰਗੇ ਭਰਾ ਅੱਜ ਤੁਸੀਂ ਇੱਥੇ ਜਰ ਕੇ ਸਾਡੇ ਕੋਲ ਖੜੇ ਹੋ, ਬਹੁਤ ਵੱਡੀ ਗੱਲ ਸਾਡੇ ਲਈ ਬਾਈ, ਉਹ ਵੀ ਸਾਡੀ ਇੱਥੇ ਜਿੱਥੇ ਪ੍ਰੈਕਟਿਸ ਕਰਦੇ ਆ। ਮਾਫੀ ਵੀ ਚਾਹਾਂਗੇ ਅੱਜ ਤੁਹਾਡਾ ਉਹ ਨਾ 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 ਉਹ ਕਰਤਾ ਬਾਈ, ਉਹਦੇ ਨਾਲ ਮੇਰਾ ਤਾਂ ਡੇਲੀ ਚੱਲੀ ਜਾਣਾ, ਇੱਥੇ ਜਿਹੜੇ ਨਿਆਣੇ ਤਾਂ ਸਿੱਖਦੇ ਨੇ ਪਰ ਜਿਹੜੇ ਸਾਰੇ ਕਿਤੇ ਵਰਲਡ 'ਚ ਬੈਠੇ ਨੇ ਉਹਨਾਂ ਤੱਕ ਇਹ ਚੀਜ਼ ਜਾਣੀ ਬਹੁਤ ਜ਼ਰੂਰੀ ਹੈ। ਮੇਰਾ ਘੰਟੇ ਦਾ ਵਰਕਆਊਟ ਜ਼ਰੂਰੀ ਨਹੀਂ, ਜ਼ਰੂਰੀ ਹੈ ਵੀ ਮੇਰੀ ਆਵਾਜ਼ ਸੋਚ ਤੁਹਾਡੇ ਥਰੂ ਲੋਕਾਂ ਤੱਕ ਪਹੁੰਚ ਜਾਵੇ ਤਾਂ ਬਾਈ ਇਦੋਂ ਵੱਡਾ ਹੋਰ ਮੈਨੂੰ ਲੱਗਦਾ ਕੁਛ ਨਹੀਂ ਹੋਣਾ ਜੀ। ਧੰਨਵਾਦ, ਥੈਂਕ ਯੂ ਬਾਈ। ਸੋ ਇਹ ਬਾਈ ਪਿੰਕਾ ਜਰਗ, ਪੰਜਾਬ ਦਾ ਖਰਾ ਸੋਨਾ ਅਸੀਂ ਕਹਿ ਸਕਦੇ ਹਾਂ। ਤੇ ਇਹ ਜਿਹੀਆਂ ਹੋਰ ਗੱਲਾਂ ਬਾਤਾਂ ਜਾਂ ਹੋਰ ਮੁਲਾਕਾਤਾਂ ਲੈ ਕੇ ਅੱਗੇ ਅਸੀਂ ਹਾਜ਼ਰ ਹੁੰਦੇ ਰਹਾਂਗੇ। ਪਿੰਕੇ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ, ਉਹਦੀਆਂ ਵੀਡੀਓਜ਼ ਦੇਖਿਆ ਕਰੋ ਤੇ ਵੀਡੀਓਜ਼ ਦੇਖ ਕੇ ਤੁਸੀਂ ਬਹੁਤ ਸਾਰਾ ਮੋਟੀਵੇਸ਼ਨ ਪ੍ਰਾਪਤ ਕਰੋਗੇ। ਤੇ ਇਕੱਲੀ ਵੀਡੀਓ ਨਹੀਂ ਦੇਖਣੀ, ਫਿਰ ਤੁਸੀਂ ਗਰਾਊਂਡ 'ਚ ਵੀ ਜਾਣਾ ਗਾ, ਨਸ਼ਿਆਂ ਤੋਂ ਦੂਰ ਰਹਿਣਾ ਗਾ ਤੇ ਆਪਦੇ ਸਰੀਰ ਨੂੰ ਆਪਦੇ ਬਾਡੀ ਨੂੰ ਤੁਸੀਂ ਫਿੱਟ ਰੱਖਣਾ ਗਾ, ਸਰੀਰ ਤੌਰ 'ਤੇ ਵੀ ਅਤੇ ਦਿਮਾਗੀ ਤੌਰ ਦੇ ਉੱਤੇ ਵੀ। ਅਤੇ ਗੁਰਬਾਣੀ ਦੇ ਨਾਲ ਜੁੜੋ, ਇਹੀ ਸਾਡੀ ਬੇਨਤੀ ਆ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।